अस्सलाम वालेकुम, आप देख रहे हैं जाहिद कंप्यूटर एंड मोबाइल। जी दोस्तों, अगर मेरी वीडियो अच्छी लगे तो इसे लाइक शेयर कमेंट ज़रूर कीजिएगा और मेरे चैनल को सब्सक्राइब करना ना भूलिए। मैं आपके लिए अच्छी अच्छी इस तरह की वीडियो मज़ीद लाता रहूँगा। जी दोस्तों, इस वीडियो का आपने पार्ट वन पहले देख चुके हैं, तो इसका पार्ट टू जो है मैं अब अपलोड कर रहा हूँ आपकी खिदमत में। तो ये भाई हमारे जो है ना खालिद भाई हैं, इनका नेम है, तो ये है हमसे दूर, तो इस वजह से ये वीडियो नहीं बना सके, लेकिन इनकी ऑडियो में रिकॉर्डिंग मैंने कर ली है। तो इंशाल्लाह अगर मुनासिब हुआ या टाइम निकला तो मैं वीडियो में भी इनकी जो है ना मुकम्मल स्टोरी आपके सामने पेश करूँगा। फ़िलहाल ये जो है ना ऑडियो में स्टोरी है, लेकिन हमने तो अमल करना है, जिन्होंने कर लेना उन्होंने ये ऑडियो सुन के भी कर लेना। ਅਸੇ ਜ਼ਹਿਰ ਮਸਲੇ ਮੇਰੇ ਨਾਲ ਗਏ ਸੀ ਨਾ ਉਹ ਇੱਕ ਆਇਆ 9 ਮਹੀਨੇ ਬਾਅਦ 12 ਲੱਖ ਰੁਪਇਆ ਦੇ ਕੇ ਆਇਆ ਯਾਨੀ ਕਿ ਤੁਹਾਡੇ 6 ਸਾਲ ਤੋਂ ਬਾਅਦ 9 ਮਹੀਨੇ ਬਾਅਦ ਜਾਂ ਜਦੋਂ ਇੱਥੇ ਪਾਕਿਸਤਾਨ ਗਿਆ ਸੀ ਉਸ ਤੋਂ ਹੀ 2 ਮਹੀਨੇ ਬਾਅਦ ਆ ਗਿਆ ਸੀ ਨਹੀਂ ਜਿਸ ਵਕਤ ਪਾਕਿਸਤਾਨ ਅਸੀਂ ਉੱਥੋਂ ਨੱਪੇ ਸੀ ਨਾ ਹਾਂਜੀ ਮੈਨੂੰ ਉੱਥੇ ਜਿਸ ਟਾਈਮ ਨੱਪਿਆ ਸੀ ਨਾ ਉਸ ਤੋਂ ਉਹਨਾਂ ਨੇ ਜਿਹੜਾ ਨਾ 6 ਮਹੀਨੇ 9 ਮਹੀਨਿਆਂ ਬਾਅਦ ਜਿਹੜਾ ਨਾ ਪਾਕਿਸਤਾਨ ਆ ਸੀਗਾ ਸਹੀ ਸਹੀ ਅੱਛਾ ਫਿਰ ਉਹ ਮੇਰੇ ਘਰਦਿਆਂ ਨੇ ਉਹਨੂੰ ਪੁੱਛਿਆ ਜਾ ਕੇ ਸਾਰਿਆਂ ਨੇ ਪੁੱਛਿਆ ਮੇਰੇ ਉਹਨੇ ਕਿਹਾ ਜੀ ਮੈਨੂੰ ਨੀ ਪਤਾ ਉੱਥੇ ਤੇ ਜਿਹੜਾ ਨਾ ਛਾਪਰ ਵਾਲੀ ਟਿੱਚ ਵਾਲੀ ਗੱਲ ਦੱਸੀ ਉਹਨੇ ਉਹ ਟਿੱਚ ਵਾਲੇ ਛਾਪਰ ਦੀ ਉਹਨੇ ਕਿਹਾ ਜੀ ਉੱਥੇ ਤਾਂ ਬੰਦੇ ਲਾ ਲੈਂਦੇ ਆ ਪੈਸੇ ਪਹਿਲੇ ਲੈ ਲੈਂਦੇ ਆ ਤੇ ਜਿਹੜਾ ਨਾ ਉਹ ਟਿੱਚ ਵਾਲਾ ਛਾਪਰ ਜਿਹੜਾ ਹੁੰਦਾ ਨਾ ਉਹਦੇ ਬੰਦਾ ਮਾਰ ਕੇ ਨਾ ਬੰਦਾ ਮਾਰ ਕੇ ਉਹਦੇ ਵਿੱਚ ਦੋ ਤਰੇ ਵਾਰੀ ਦੌਰਾ ਕਰਕੇ ਤਾਂ ਕਿ ਬੋ ਵੀ ਨਾ ਉੱਠੇ ਕੁਝ ਵੀ ਨਾ ਹੋਵੇ ਫੁੱਲੇ ਵੀ ਨਾ ਉਹ ਰੇਤ ਤੇ ਦਬਾ ਦਿੰਦੇ ਓਕੇ ਉੱਥੇ ਸੜ ਜਾ ਘਰ ਦਿਆਂ ਨੂੰ ਪਤਾ ਹੀ ਨਾ ਲੱਗੇ ਹਾਂ ਉਹਨੇ ਕਿਹਾ ਜੀ ਮੇਰੇ ਨਾਲ ਦੇ ਪਤਾ ਨਹੀਂ ਕਹਿੰਦਾ ਕਿੰਨੇ ਬੰਦੇ ਸਾਡੇ ਸਾਹਮਣੇ ਮਰੇ ਆ ਉਹ ਕਿਸੇ ਹੋਰੀ ਗਰੁੱਪ ਤੇ ਸੀਗਾ ਨਾ ਮੈਨੂੰ ਮੈਨੂੰ ਲੈ ਗਿਆ ਅਬਦੁਲ ਮਾਲਕ ਬਿਨ ਕਬੂਸਾ ਲੈ ਗਿਆ ਉਹ ਜਿਹੜਾ ਉਹ ਸੀਗਾ ਉਹਨੂੰ ਕੋਈ ਹੋਰ ਲੈ ਗਿਆ ਉਹਦੇ ਤੇ ਉਹਨਾਂ ਨੇ ਤੇ ਜ਼ੁਲਮ ਕੀਤਾ ਕੋ ਨਹੀਂ ਉਹ ਤੇ ਜਾ ਕੇ ਬੈਠਾ ਉਹਨਾਂ ਨੇ ਪਿੱਛੇ ਉਹਨਾਂ ਦੀ ਡੀਲ ਚੱਲਦੀ ਰਹੀ ਹੈ ਉਹ ਕੁਝ ਪੈਸੇ ਦੇ ਵਿੱਚ ਸੀਗੇ ਉਹਨਾਂ ਨੇ 12.5 ਲੱਖ ਰੁਪਇਆ ਉਹਦਾ ਖਰਚਾ ਆਇਆ ਉਹਨਾਂ ਨੇ ਉਹਨਾਂ ਨੂੰ ਦੇ ਛੱਡਿਆ ਯਾਨੀ ਕਿ 5-6 ਲੱਖ ਰੁਪਇਆ ਉਸ ਬੰਦੇ ਨੇ ਅਲੀ ਸ਼ੇਰ ਨੂੰ ਦਿੱਤਾ ਤੇ ਸਾਲੇ ਮੁਹੰਮਦ ਨੂੰ ਦਿੱਤਾ ਨਾ ਲੱਖ ਰੁਪਇਆ ਤੇ ਜਿਹੜੇ ਨਾ ਮੇਰੇ ਨਾਲ ਉਹਨੇ ਜਮਾ ਕਰਵਾਇਆ ਇਹਨੂੰ ਅਲੀ ਸ਼ੇਰ ਨੂੰ ਉਹ ਜ਼ੁਲੈਖਾ ਬੀਬੀ ਦੇ ਅਕਾਊਂਟ ਜਿਹੜਾ ਨਾ ਜਮਾ ਕਰਵਾਇਆ ਇਹਨੇ ਫਿਰ ਜਿਸ ਵਕਤ ਉੱਥੇ ਗਏ ਆ ਜਿਹੜਾ ਨਾ ਉਹਨੇ ਕੀ ਨਾ ਲਈਏ ਫੋਨ ਕੀਤਾ 3-3 ਲੱਖ 3.5-3 ਲੱਖ ਰੁਪਇਆ ਜਿਹੜਾ ਨਾ ਉਹਨੂੰ ਪਾਕਿਸਤਾਨ ਪਹੁੰਚਾ ਦਿਓ ਅਲੀ ਸ਼ੇਰ ਦੇ ਕਿਉਂ ਅਲੀ ਸ਼ੇਰ ਏਜੰਟ ਸੀਗਾ ਉਹ ਉੱਥੇ ਬੰਦੇ ਜਾ ਕੇ ਸਮਝੋ ਸੇਲ ਕਰਦਾ ਸੀ ਅੱਗੂ ਜਿਹੜਾ ਸਾਲੇ ਮੁਹੰਮਦ ਤੇ ਜਿਹੜਾ ਨਾ ਉਹ ਗੱਡੀਆਂ ਵਾਲੇ ਸੀਗੇ ਉਹਨਾਂ ਦੀ ਤੇ ਉਹ ਜਿਹੜਾ ਅੱਗੇ ਸੀਗੇ ਨਾ ਬੰਦੇ ਉਹਨਾਂ ਕੋਲੋਂ ਪੈਸੇ ਲੈਂਦੇ ਸੀ ਉਸ ਬੰਦੇ ਦੇ ਜਿਹਨਾਂ ਨੂੰ ਉਹ ਹਵਾਲੀ ਦੇ ਵਿੱਚ ਹਵਾਲੀ ਰੇਤਲਾ ਇਲਾਕਾ ਉੱਥੇ ਜਿਹੜਾ ਨਾ ਉਹਨਾਂ ਨੂੰ ਵੇਚ ਕੇ ਨਾ ਸਾਲੇ ਮੁਹੰਮਦ ਨੇ ਉਹਨਾਂ ਕੋਲੋਂ ਪੈਸੇ ਲੈ ਲਏ ਪਤਾ ਨਹੀਂ 3 ਲੱਖ ਲਿਆ 2 ਲੱਖ ਲਿਆ 10 ਲੱਖ ਲਿਆ ਮੈਨੂੰ ਨੀ ਪਤਾ ਠੀਕ ਤੇ ਫਿਰ ਉਹ ਵੀ 9 ਮਹੀਨੇ ਬਾਅਦ ਵਾਪਸ ਆ ਗਿਆ ਮੇਰਾ ਜਿਹੜਾ ਨਾ ਕੋਈ ਪਤਾ ਨੀ ਉਹਨਾਂ ਨੇ ਕਿਹਾ ਕੋਈ ਪਤਾ ਨੀ ਬਈ ਮਾਰ ਵੀ ਗਿਆ ਹੋਵੇ ਕੋਈ ਪਤਾ ਨੀ ਜਿੰਦਾ ਸਨ ਮੈਨੂੰ ਕੋਈ ਨੀ ਪਤਾ ਐਂਡ ਸਾਫ ਬਣਿਆ ਚਲੋ ਠੀਕ ਆ ਫਿਰ ਜਿਹੜੇ ਸਾਡੇ ਨਾਲ ਜਿਹੜੇ 2 ਬੰਦੇ ਗਏ ਉਹ ਲੀਬੀਆ ਦੇ ਬਾਰਡਰ ਦੇ ਉੱਤੇ ਜਾ ਕੇ ਇੱਕ ਫਸ ਗਿਆ ਉਹਦਾ ਸੌਦਾ ਲੀਬੀਆ ਦੇ ਬਾਰਡਰ ਦੇ ਉੱਤੇ ਜਾ ਕੇ ਹੋਇਆ ਤੇ ਫਿਰ ਉਹਨਾਂ ਦੇ ਜਿਹੜਾ ਉਹਦਾ ਪਿੱਛੇ ਉਹਨਾਂ ਨੇ ਉਹਦੇ ਰਾਬਤਾ ਕੀਤਾ ਕਿ ਤੁਹਾਡਾ ਮੁੰਡਾ ਸਾਡੇ ਕੋਲ ਹੈ ਅਗਰ ਤੁਸੀਂ ਜਿਹੜਾ ਨਾ ਇਹਦੀ ਜ਼ਿੰਦਗੀ ਚਾਹੁੰਦੇ ਹੋ ਨਾ ਸਾਨੂੰ 15 ਲੱਖ ਰੁਪਇਆ ਜਿਹੜਾ ਤੁਸੀਂ ਕਰ ਦਿਓ ਪਾਕਿਸਤਾਨੀ ਸੀਗਾ ਜਿਹਨੇ ਉਹਨੂੰ ਖਰੀਦਿਆ ਸੀ ਉੱਥੇ ਲੀਬੀਆ ਦੇ ਵਿੱਚ ਜਾ ਕੇ 15 ਲੱਖ ਰੁਪਇਆ ਜਿਹੜਾ ਨਾ ਕਰ ਦਿਓ ਤੇ ਤੁਸੀਂ ਜਿਹੜਾ ਨਾ ਬੰਦਾ ਤੁਹਾਡਾ ਜਿਹੜਾ ਨਾ ਅਸੀਂ ਇੱਥੋਂ ਭਾ ਦਾਂਗੇ ਆਊਟ ਪਾਸ ਬਣਵਾ ਕੇ ਲੀਬੀਆ ਦੇ ਵਿੱਚ ਤੁਹਾਡੇ ਕੋਲ ਪਹੁੰਚ ਜਾਏਗਾ ਹੁਣ ਜਿਹੜਾ ਨਾ ਉਹਨਾਂ ਉਹਦੀ 3 ਭਾਈ ਸੀਗੇ ਉਹਨਾਂ ਨੇ ਵਾਪਸ ਮਸ਼ਵਰਾ ਕੀਤਾ ਦੱਸ ਹੁਣ ਕੀ ਕਰੀਏ ਭਾਈ ਵੇਖੀਏ ਤੇ ਜਿਹੜਾ ਨਾ ਮਕਾਨ ਨੀ ਰਹਿੰਦਾ ਕਿਉਂਕਿ ਸਾਡੇ ਕੋਲ ਤੇ ਅਸੀਂ ਮਜ਼ਦੂਰ ਆਦਮੀ ਆ ਸਾਡੇ ਕੋਲ ਤੇ ਸਿਰਫ ਮਕਾਨ ਹੀ ਹੈ ਤੇ ਮਕਾਨ ਵੀ ਸਾਡਾ ਇਤਨਾ ਨੀ ਹੈ 12 ਲੱਖ ਰੁਪਏ ਦਾ ਮਕਾਨ
ਟ੍ਰਾਇਲ ਆ ਕਿਧਰੋਂ ਕਰਾਂਗੇ ਉਹਨੂੰ ਜਿਹੜਾ ਨਾ ਉਹ ਮਾਰਨ ਉਹਨੂੰ ਉੱਥੇ ਮਾਰਨ ਤੇ ਜਿਹੜਾ ਨਾ ਬੜੇ ਹਾਲ ਕਰਨ ਦਾ ਛੁਰੀ ਲੈ ਕੇ ਨਾ ਤੇ ਉਹਦੇ ਜਿਸਮ ਦੇ ਉੱਤੇ ਟਕ ਟੁਕ ਮਾਰ ਕੇ ਜਿਹੜਾ ਨਾ ਉਹਨੂੰ ਉਹਨੂੰ ਉਹਦੇ ਉੱਤੇ ਜ਼ਰੀਏ ਵਿਖਾਵਣ ਕੀ ਨਾਲ ਨੈਟ ਦੇ ਜ਼ਰੀਏ ਵਿਖਾਵਣ ਉਹਨੂੰ ਤੇ ਉਹ ਇਤਨਕ ਪਰੇਸ਼ਾਨ ਹੋ ਗਏ ਇਤਨਕ ਪਰੇਸ਼ਾਨ ਕਿ ਉਹਨੇ ਵੀ ਮਾਂ ਨੇ ਕਿਹਾ ਮੈਨੂੰ ਤੇ ਬਾਈ ਮੇਰਾ ਪੁੱਤਰ ਚਾਹੀਦਾ ਭਾਵੇਂ ਜਿਵੇਂ ਵੀ ਹੈ ਤੁਸੀਂ ਜੋ ਮਰਜ਼ੀ ਕਰੋ ਆਖਿਰ ਉਹਨਾਂ ਨੇ ਕੀ ਕੀਤਾ ਬਾਈ 12 ਲੱਖ ਰੁਪਏ ਦਾ ਆਪਣਾ ਮਕਾਨ ਵੇਚਿਆ ਤੇ ਇੱਕ ਭਾਈ ਨੇ ਜਾ ਕੇ ਜਿਹੜਾ ਨਾ ਆਪਣਾ ਗੁਰਦਾ ਵੇਚਿਆ 3 ਲੱਖ ਰੁਪਏ ਦਾ ਡਾਕਟਰ ਮਕਸੂਦ ਹਸਪਤਾਲ ਲਾਹੌਰ ਵਿੱਚ ਜਾ ਕੇ ਆਪਣਾ ਗੁਰਦਾ ਵੇਚਿਆ 15 ਲੱਖ ਰੁਪਇਆ ਕਰਕੇ ਉਹ ਵੀ ਸਵਾ ਸਾਲ ਬਾਅਦ ਉਹਨਾਂ ਨੂੰ 15 ਲੱਖ ਰੁਪਇਆ ਕਰਕੇ ਦਿੱਤਾ ਤਾਂ ਉਹ ਗਿਆ ਉੱਥੇ ਯਾਨੀ ਕਿ ਉਹਨਾਂ ਨੇ ਉਹਨੂੰ ਵਾਪਸ ਕਰ ਛੱਡਿਆ ਫਿਰ ਜਿਹੜਾ ਕਿ ਨਾਲ ਅੱਗੂ ਇੱਕ ਮੁੰਡਾ ਰਹਿ ਗਿਆ ਉਹ ਲੀਬੀਆ ਪਹੁੰਚ ਗਿਆ ਉਹ ਲੀਬੀਆ ਜਾ ਕੇ ਜਿਹੜਾ ਨਾ ਏਜੰਟਾਂ ਦੇ ਹੱਥੀ ਫਸ ਗਿਆ ਜਿਹੜਾ ਕਿ ਨਾਲ ਲੀਬੀਆ ਤੋਂ ਇਟਲੀ ਦੀ ਡੰਕੀ ਲਵਾਉਂਦੇ ਆ ਜਿਸ ਵਕਤ ਉਹਨਾਂ ਨੇ ਉਹਨੂੰ ਨਪਿਆ ਨਪ ਕੇ ਜਿਹੜਾ ਨਾ ਉਹਨੂੰ ਕਿਹਾ ਜਿਹੜਾ ਨਾ ਪੈਸੇ ਪੂਸੇ ਉਹਦੇ ਕੋਲ ਤੇ ਆਉਣਾ ਵੀ ਨੀ ਸੀਗਾ ਉੱਥੇ ਪਹੁੰਚਦਿਆਂ ਤੇ ਉਹਨੇ ਕਿਹਾ ਯਾਰ ਅਸੀਂ ਇਸ ਤਰ੍ਹਾਂ ਆਏ ਉਹਨੇ ਸਾਰਾ ਦੱਸ ਛੱਡਿਆ ਅਖੀਰੀ ਉਹਨੇ ਕਿਹਾ ਜੀ ਪੈਸੇ ਦਿਓ ਜੀ ਜਿਹੜਾ ਨਾ ਆਪਣੇ ਪਿਛਲਿਆਂ ਕੋਲ ਪੈਸੇ ਮੰਗਵਾ ਤਾਂ ਤੈਨੂੰ ਜਿਹੜਾ ਨਾ ਇਟਲੀ ਜਿਹੜਾ ਨਾ ਲੈ ਕੇ ਜਾਵਾਂਗੇ ਅਖੀਰੀ ਉੱਥੇ ਜਿਹੜਾ ਨਾ ਉਹ ਤਹਿਖਾਨਿਆਂ ਦੇ ਵਿੱਚ ਨਾ ਉਹਨੂੰ ਜਾ ਕੇ ਨਾ ਬੰਦ ਕਰ ਛੱਡਿਆ ਅੱਗੂ ਜਾ ਕੇ ਵੇਖਿਆ ਜਿਹੜਾ ਨਾ ਕਿਸੇ ਤਹਿਖਾਨੇ ਦੇ ਵਿੱਚ ਕਿਸੇ ਦਾ ਕੰਨ ਲੱਥਾ ਪਿਆ ਕਿਸੇ ਦੇ ਨੋਹ ਲੱਥੇ ਪਏ ਆ ਤੇ ਕਈਆਂ ਨੂੰ ਜਿਹੜਾ ਨਾ ਇੰਜ ਜਿਸਮ ਫਟੇ ਪਏ ਆ ਕਿਸੇ ਦਾ ਕੋਈ ਹਿਸਾਬ ਕਿਸੇ ਦਾ ਸਿਰ ਕੋਈ ਬੰਦਾ ਐਸਾ ਨੀ ਸੀਗਾ ਉਹ ਦੱਸ ਰਿਹਾ ਜਿਹਦਾ ਜਿਹੜਾ ਨਾ ਜ਼ਖਮੀ ਨਾ ਹੋਇਆ ਹੋਵੇ ਜ਼ਖਮੀ ਨਾ ਹੋਇਆ ਹੋਵੇ ਕਿਸੇ ਦੀ ਨੱਕ ਦੀ ਹੱਡੀ ਟੁੱਟੀ ਹੋਈ ਹੈ ਕਹਿੰਦਾ ਉਹਨਾਂ ਦਾ ਕੰਮ ਸਿਰਫ ਇਹ ਸੀਗਾ ਜਿਸ ਵਕਤ ਉਹ ਤਹਿਖਾਨੇ ਨੂੰ ਵੜ ਜਾਂਦੇ ਸੀ ਨਾ ਬੂਹਾ ਲਾਇਆ ਹੋਇਆ ਨਾ ਤਹਿਖਾਨਾ ਕੰਕਰੀਟ ਦਾ ਬਣਿਆ ਤਹਿਖਾਨੇ ਨੂੰ ਵੜਨਾ ਉਹਨਾਂ ਨੇ ਪੈਂਪ ਲੈ ਕੇ ਉਹਨਾਂ ਨੂੰ ਜਿੱਥੇ ਲੱਗਣਾ ਉਹਨਾਂ ਨੇ ਖੋਤਿਆਂ ਔਰ ਮਾਂਜਣੇ ਬੰਦੇ ਬਿਲਕੁਲ ਜੀ ਉਹਨਾਂ ਨਾਲ ਉਹਨਾਂ ਨੂੰ ਕੁੱਟਦਾ ਤਰਸ ਹੀ ਨੀ ਖਾਂਦਾ ਮੇਰਾ ਤੁਸੀਂ ਪਾਰਟ 4 ਵੀ ਵੇਖਿਆ ਹੋਏਗਾ ਤੇ ਵੇਖਿਆ ਨਾ ਪਾਰਟ 4 ਹਾਂਜੀ ਵੇਖਿਆ ਹਾਂਜੀ ਤੇ ਉਹਨਾਂ ਚ ਮੈਂ ਵੀ ਇਹ ਸਾਰੀ ਸਟੋਰੀ ਦੱਸੀ ਆ ਮੈਂ ਖੁਦ ਯਾਨੀ ਕਿ ਤੁਰਕੀ ਜਿਹੜਾ ਨਾ ਅਸੀਂ ਟੱਗੇ ਸੀ ਯੂਨਾਨ ਦੀ ਹਦੂਦ ਦੇ ਵਿੱਚ ਸੀ ਉੱਥੇ ਜਜ਼ੀਰਾ ਸੀ ਉੱਥੇ ਵੀ ਐਵੇਂ ਮੇਰੇ ਨਾਲ ਦਾ ਖੁਦ ਜਿਹੜਾ ਲੜਕਾ ਗਿਆ ਸੀ ਉਹਦੇ ਉਹਨਾਂ ਨੇ ਹੱਥਾਂ ਪੈਰਾਂ ਦੇ ਪਲਾਸ ਪਾ ਕੇ ਨੂੰ ਖਿੱਚਦੇ ਸੀ ਛੁਰੀਆਂ ਲੋਕਾਂ ਦੀਆਂ ਮਸਲਾਂ ਦੇ ਉੱਤੇ ਮਾਰਨੀਆਂ ਨਾੜਾਂ ਕੱਟਣੀਆਂ ਕੰਨ ਵੱਢਣੇ ਬੜੇ ਬੜੇ ਜ਼ੁਲਮ ਕਰਦੇ ਤੇ ਕਰਦੇ ਸਾਰੇ ਹੀ ਪਾਕਿਸਤਾਨੀ ਉੱਧਰ ਦੇ ਬੰਦੇ ਨੀ ਸੀ ਕਰਦੇ ਜਿਹੜੇ ਤੁਰਕੀ ਜਾਂ ਉੱਧਰ ਦੇ ਸੀ ਨਾ ਨਹੀਂ ਨਹੀਂ ਉਹ ਪਾਕਿਸਤਾਨੀਆਂ ਦਾ ਹੀ ਦੱਸ ਰਿਹਾ ਕਿ ਪਾਕਿਸਤਾਨੀ ਕਰਦੇ ਸੀ ਅੱਛਾ ਫਿਰ ਜ਼ੈਦ ਭਾਈ ਉਹ ਕਹਿ ਰਹੇ ਜੀ ਨਾ ਉਹਨਾਂ ਨੇ ਕਿਸੇ ਦਾ ਕੰਨ ਵੱਢਿਆ ਹੋਇਆ ਕਿਸੇ ਦਾ ਗਿੱਟਾ ਟੁੱਟਿਆ ਕਿਸੇ ਦੀ ਲੱਤ ਲਮਕੀ ਪਈ ਹੈ ਕਹਿੰਦਾ ਸਿਰਫ ਇੱਕ ਬੰਦੇ ਕਹਿੰਦਾ ਕੋਈ ਬੰਦਾ ਐਸਾ ਨੀ ਜਿਹੜਾ ਹਾਏ ਹਾਏ ਕਹਿੰਦਾ ਇੱਕ ਵਾਰੀ ਬੂਹਾ ਖੋਲਣ ਦੀ ਦੇਰ ਸੀਗੇ ਜਿਵੇਂ ਕਿ ਨਾਲ ਮੁਰਗੀ ਫਾਰਮ ਦੇ ਵਿੱਚ ਸਾਰੀਆਂ ਮੁਰਗੀਆਂ ਜਿਸ ਟਾਈਮ ਕੋਈ ਬੰਦਾ ਅੰਦਰ ਵੜਦਾ ਉਹਨਾਂ ਨੂੰ ਨੱਪਣ ਵਾਸਤੇ ਚੀ ਚਾਹ ਨੀ ਕਰਦਾ ਕਹਿੰਦਾ ਜੀ ਹੁਣ ਸਾਰਿਆਂ ਦੀ ਅੱਖਾਂ ਖੁੱਲ ਜਾਂਦੇ ਸੀਗੇ ਪਤਾ ਨੀ ਹੁਣ ਕਿਹਦੇ ਉੱਤੇ ਜ਼ੁਲਮ ਹੋਣ ਲੱਗਾ ਉਹ ਜਿਹੜਾ ਉਹ ਬੰਦਾ ਇੱਥੋਂ ਸਾਡੇ ਨਾਲ ਗਿਆ ਸੀ ਨਾ ਜਿਹੜਾ ਆਮਰ ਅੱਛਾ ਜੀ ਉਹਨੇ ਜਿਹੜਾ ਨਾ ਉੱਥੇ ਉਹਦੀ ਉਹਨੂੰ ਜਾ ਕੇ ਏਜੰਟ ਨੇ ਜਿਹੜਾ ਲੀਬੀਆ ਤੋਂ ਇਟਲੀ ਖੜਨਾ ਸੀ ਨਾ ਉਹਨੇ ਉਹਨੂੰ ਜਿਹੜਾ ਨਾ ਉੱਥੇ ਉਹਦੇ ਵਿੱਚ ਸੇਫ ਦੇ ਵਿੱਚ ਹੀ ਬੰਦ ਕਰ ਛੱਡਿਆ ਤਹਿਖਾਨੇ ਦੇ ਵਿੱਚ ਉਹਨੇ ਕਿਹਾ ਜੀ ਆਪਣੇ ਪਿਛੜਲਿਆਂ ਨੂੰ ਕਿਹਾ ਜਿਹੜਾ ਨਾ ਪੈਸੇ ਦੇਣ ਉਹ ਇੰਟਰਨੈਟ ਤੇ ਉਹਨੇ ਕਿਹਾ ਜਿਹੜਾ ਨਾ ਮੀ ਅੱਬਾ ਪੈਸੇ ਮੰਗ ਰਹੇ ਤੇ ਇਹ ਹੈ ਤੇ ਉਹ ਉਹਨਾਂ ਦੀ ਜਾਨ ਨੂੰ ਬਣੀ ਤੇ ਉਹਦੇ ਕੋਲ ਮੰਗਿਆ ਸੀ 80 ਲੱਖ ਰੁਪਇਆ ਉਸ ਮੁੰਡੇ ਨੇ ਕਿਹਾ ਸੀ ਕਿ ਅਸੀਂ ਨਾ ਸਾਡੀ ਨਾ ਕੋਈ 10-12 ਏਕੜ ਜ਼ਮੀਨ ਦੇ ਹੈ ਤੇ 10-15 ਮੱਝਾਂ ਅਸੀਂ ਤੂੰ ਮੈਨੂੰ ਉੱਥੇ ਇਟਲੀ ਘੱਲ ਦੇ ਤੇ ਮੈਂ ਜਿਹੜਾ ਨਾ ਤੈਨੂੰ ਪੈਸੇ ਦੇ ਦਿਆਂਗਾ ਉਹਨੇ ਕਿਹਾ ਭਈਆ ਤੇ ਮੁਰਗੀ ਆ ਚੰਗੀ ਮੋਟੀ ਇਹਨੂੰ ਇਟਲੀ ਕਿਉਂ ਘੱਲਣਾ ਇੱਥੇ ਹੀ ਇਹਨੂੰ ਜਿਹੜਾ ਨਾ ਕਰ ਦਈਏ ਅੱਛਾ ਚਲੋ ਜੀ ਹੋ ਗਈ ਗੱਲ ਉਹਨੇ ਕਿਹਾ ਹਾਂਜੀ ਹੁਣ ਦੱਸੋ ਇਹਦੇ 80 ਲੱਖ ਰੁਪਇਆ ਦਿਓ ਤੇ ਅਸੀਂ ਤੁਹਾਡਾ ਬੰਦਾ ਜਿਹੜਾ ਨਾ ਵਾਪਸ ਕਰ ਲਿਆ ਨਹੀਂ ਤੇ ਮਾਰ ਦੇਣਾ ਉਹਨੂੰ ਦੇ ਘਰਦਿਆਂ ਨੂੰ ਜਿਹੜਾ ਨਾ ਜਾਣ ਵਿੱਚ ਪੈ ਗਈ ਕਿ ਯਾਰ ਜਿਹੜਾ ਨਾ ਅੱਗੇ ਸਾਡੇ ਮੁੰਡੇ ਦਾ ਜਿਹੜਾ ਨਾ ਕੋਈ 1.5 ਮਹੀਨੇ ਬਾਅਦ 2 ਮਹੀਨੇ ਬਾਅਦ ਪਤਾ ਲੱਗਾ ਤੇ ਜਿਹੜਾ ਨਾ ਅੱਜ ਇਹ ਸਾਡੇ ਇਹ ਹਿਸਾਬ ਹੋ ਗਿਆ ਅੱਛਾ ਚਲੋ ਜੀ ਉਹਨਾਂ ਨੇ ਕਿਹਾ ਜੀ ਅਸੀਂ ਪੈਸਿਆਂ ਦਾ ਬੰਦੋਬਸਤ ਇਤਨਾ ਨੀ ਕੁਛ ਘੱਟ ਕਰੋ 80 ਲੱਖ ਦੇ ਮੰਗੇ ਕਰੋੜ ਮੰਗੇ ਉਹਨਾਂ ਨੇ ਕਿਹਾ ਤੁਹਾਡੀ ਵਾਸਤੇ 80 ਲੱਖ ਚਲੋ ਜੀ ਉਹਨਾਂ ਨੇ ਕੁਝ ਘੱਟ ਕਰੋ ਉਹਨਾਂ ਨੇ ਕਿਹਾ ਜਿੰਨਾ ਤੁਸੀਂ ਜਿਹੜਾ ਨਾ ਘੱਟ ਕਰੋਗੇ ਨਾ ਤੇ ਅਸੀਂ ਉਨੀ ਜਲਦੀ ਜਿਹੜਾ ਨਾ ਪੈਸੇ ਕਰ ਲਾਂਗਾ ਉਹਨਾਂ ਨੇ ਕਿਹਾ ਨਹੀਂ ਨਹੀਂ ਤੂੰ ਪੈਸੇ ਕਰ ਤੂੰ ਅੱਛਾ ਜੀ ਉਹ ਕੋਈ 10-15 ਦਿਨ ਬਾਅਦ ਜਿਹੜਾ ਨਾ ਉਹ ਫਿਰ ਉਹਦੀ ਇੰਟਰਨੈਟ ਤੋਂ ਗੱਲ ਕਰਾਈ ਵੇਖਿਆ ਤੇ ਉਹ ਮੁੰਡੇ ਦੀ ਹੱਥ ਦੀ ਇੱਕ ਅੰਗਲ ਹੀ ਕੋਈ ਨੀ
ਉਹਨਾਂ ਦੀ ਅੰਗਲ ਹੀ ਵੱਢ ਦਿੱਤੀ। ਅੱਛਾ, ਉਹਨੇ ਕਿਹਾ ਜਿੰਨਾ ਤੁਸੀਂ ਲੇਟ ਕਰੋਗੇ, ਜਿਤਨੇ ਹਫਤੇ ਤੁਸੀਂ ਲੇਟ ਕਰੋਗੇ ਉਤਨੇ ਹੀ ਹਫਤੇ ਅਸੀਂ ਇਹਦੀ ਇੱਕ ਅੰਗਲ ਵੱਢਦੇ ਰਹਾਂਗੇ। ਅੱਛਾ, ਇੱਕ ਹਫਤਾ ਲੇਟ ਹੋਇਆ ਦੀ ਉਹਨਾਂ ਨੇ ਇੱਕ ਅੰਗਲ ਵੱਢ ਦਿੱਤੀ, ਫਿਰ ਦੂਆ ਹਫਤਾ ਲੇਟ ਹੋਇਆ ਦੂਜੀ ਅੰਗਲ ਵੱਢ ਦਿੱਤੀ। ਉਹਨੂੰ ਹੁਣ ਮੁੰਡੇ ਦਾ ਪਿਓ ਕਹਿਣ ਲੱਗਾ, ਯਾਰ ਅਸੀਂ ਕਿਹੜੀ ਮੁਸੀਬਤ ਨੂੰ ਜਿਹੜਾ ਨਾ ਪੈ ਗਏ ਆ, ਤੇ ਜਿਹੜਾ ਨਾ ਹੁਣ ਇੱਥੇ ਕਿਸੇ ਐਮ ਪੀ ਐਮ ਐਨ ਏ ਨਾਲ ਗੱਲ ਕਰਨ। ਉਹਨਾਂ ਕਿਹਾ ਜੀ ਸਾਨੂੰ ਕੀ ਪਤਾ ਕਿਵੇਂ ਅਸੀਂ ਉਹਨੂੰ ਉੱਥੋਂ ਛੁਡਾਈਏ, ਲੀਬੀਆ ਦੇ ਵਿੱਚ ਅੱਗੇ ਖਾਨਾ ਜੰਗੀ ਲੱਗੀ ਹੋਈ ਹੈ, ਇਹਦੀਆਂ ਉਹ ਗੱਲਾਂ ਕਰਨ, ਕੋਈ ਬਈ ਕੋਈ ਸਾਥ ਨਾ ਦੇਣ। ਵਜ਼ੀਰ ਆਲਾ ਪਾਕਿਸਤਾਨ ਨੂੰ ਜਿਹੜਾ ਨਾ ਉਹਨਾਂ ਨੇ ਪੰਜਾਬ ਨੂੰ ਰਿਕੁਐਸਟ ਕੀਤੀ, ਠੀਕ ਹੈ, ਤੇ ਇਹਨੂੰ ਨਵਾਜ਼ ਸ਼ਰੀਫ ਨੂੰ ਰਿਕੁਐਸਟ ਕੀਤੀ ਸੀ, ਨਾ ਨਵਾਜ਼ ਸ਼ਰੀਫ ਨੀ ਸੀਗਾ ਉਸ ਵਕਤ, ਪਰਵੇਜ਼ ਇਲਾਹੀ ਸਾਹਿਬ ਹੋਰੀ ਸੀਗੇ, ਵਜ਼ੀਰ ਆਜ਼ਮ ਚੌਧਰੀ ਸ਼ੁਜਾ ਸੀ, ਉਹਨਾਂ ਨੇ ਕੋਈ ਰਿਕੁਐਸਟ ਨੀ ਸੁਣੀ ਪਾਈ। ਅਖੀਰੀ ਜਿਹੜਾ ਨਾ ਉਹ ਕੋਈ ਮਹੀਨਾ ਲੇਟ ਹੋ ਗਿਆ, ਉਹਨਾਂ ਨੇ ਨੈਟ ਤੇ ਵੇਖਿਆ ਮੁੰਡੇ ਦੀ ਚਾਰ ਅੰਗਲਾਂ ਹੀ ਕੋਈ ਨੀ, ਚਾਰ ਅੰਗਲਾਂ ਹੀ। ਅਖੀਰੀ ਇਹਨਾਂ ਨੇ ਜਿਹੜਾ ਨਾ ਜਿਹੜਾ ਏਜੰਟ ਸੀਗਾ ਨਾ, ਕੀ ਨਾ ਲਵੇ ਤੇ ਖਾਨੂ ਆਣੇ ਦਾ ਏਜੰਟ ਜਿਹੜਾ ਸੀਗਾ ਅਲੀ ਸ਼ੇ, ਉਹ ਕੁੜੀ ਇਹਦਾ ਗਿਆ ਹੋਇਆ ਸੀਗਾ ਉਮਰਾ ਕਰਨ ਵਾਸਤੇ, ਉਸ ਏਜੰਟ ਨੇ ਗਿਆ ਤੁਸੀਂ। ਅੱਛਾ, ਫਿਰ ਕਰਪਸ਼ਨ ਦੇ ਵਿੱਚੋਂ ਕਰਪਸ਼ਨ ਇਹਨਾਂ ਨੇ ਜਾ ਕੇ ਏਜੰਟ ਨਾਲ ਗੱਲ ਕੀਤੀ, ਉਹਨੇ ਕਿਹਾ ਜੀ ਤੁਸੀਂ ਐਂ ਕਰੋ ਮੈਨੂੰ ਨਾ 10 ਲੱਖ ਰੁਪਇਆ ਦਿਓ, ਤੇ ਮੈਂ ਜਿਹੜਾ ਨਾ ਜਾਣਾ ਉੱਥੇ ਕੀ ਨਾਲ ਸੁਡਾਨ ਜਾਣਾ, ਸੁਡਾਨ ਤੋਂ ਮੈਂ ਜਾਵਾਂਗਾ ਲੀਬੀਆ, ਲੀਬੀਆ ਦੇ ਵਿੱਚ ਮੈਂ ਤੁਹਾਡਾ ਮੁੰਡਾ ਲੈ ਕੇ ਆ ਜਾਵਾਂਗਾ। ਉਹਨਾਂ ਨੇ 10 ਲੱਖ ਰੁਪਇਆ ਕਰਕੇ ਦਿੱਤਾ ਉਹਨੂੰ ਖਾਨੂ ਆਣੇ ਦੇ, ਉਹਨੂੰ ਬਲੋਚ ਨੂੰ, ਅਲੀ ਸ਼ੇਰ ਨੂੰ। ਅਲੀ ਸ਼ੇਰ ਨੇ ਵੀ ਗਿਆ ਛੜਿਆ ਕਿਸੇ ਨੂੰ ਕਹਿਵੇ ਨਾ, ਉਹਨੇ ਕਿਹਾ ਠੀਕ ਆ ਜੀ। ਅਰੇ ਉਹ ਜਾ ਕੇ ਜਿਹੜਾ ਨਾ ਉਹ ਬੇਗੈਰਤ ਪੈਸੇ ਲੈ ਕੇ ਜਿਹੜਾ ਨਾ ਉੱਥੇ ਚਲਾ ਗਿਆ, ਕੀ ਨਾ ਲਈ ਹੈ ਕਰਾਚੀ, ਉੱਥੋਂ ਬੰਦੇ ਨਹੀਂ ਨਹੀਂ ਉਮਰਾ ਤੋਂ ਆ ਗਿਆ ਸੀ ਨਾ ਵਾਪਸੀ ਤਾਂ, ਉਹ ਪੈਸੇ ਲੈ ਕੇ ਕਰਾਚੀ ਚਲਾ ਗਿਆ। ਅੱਛਾ, ਕੋਈ ਜਿਹੜਾ ਨਾ 2 ਹਫਤੇ ਨਾ ਉਹਦਾ ਪਤਾ ਲੱਗਾ, ਕੀ ਨਾ ਲਈਏ ਅਲੀ ਸ਼ੇਰ ਦਾ ਪਤਾ ਲੱਗਾ 10 ਲੱਖ ਲੈ ਕੇ ਉਹ ਕਿੱਧਰ ਗਿਆ, ਤੇ ਫਿਰ 2 ਹਫਤਿਆਂ ਬਾਅਦ ਫਿਰ ਉਸ ਮੁੰਡੇ ਦਾ ਜਿਹੜਾ ਨਾ ਇੰਟਰ ਉਹ ਵਿਖਾਇਆ ਇੰਟਰਨੈਟ ਤੋਂ, ਵੇਖਿਆ ਤੇ ਜਿਹੜਾ ਨਾ ਬਈ ਉਹਦੀ 2 ਅੰਗਲਾਂ ਖੱਬੇ ਹੱਥ ਦੀਆਂ ਵੀ ਕੋਈ ਨੀ, ਤੇ ਇਹ ਘਰਦਾ ਉਹਨਾਂ ਨੇ ਸਾਰੇ ਜਿਹੜਾ ਨਾ ਅੰਗਲਾਂ ਸਫਾਈ ਕਰ ਦਿੱਤੀ ਅੰਗਲਾਂ ਦੀ, ਤੇ ਫਿਰ ਉਹਨਾਂ ਨੂੰ ਆਖਿਰੀ ਕਰਦੇ ਕਰਾਉਂਦੇ ਉਹਨਾਂ ਨੇ ਕਿਹਾ ਜੀ ਤੁਸੀਂ ਐਂ ਕਰੋ, ਅਸੀਂ ਨਾ ਤੁਹਾਨੂੰ ਪੈਸੇ ਦਿੰਦੇ ਹਾਂ, ਤੁਸੀਂ ਨਾ ਮੁੰਡਾ ਸਾਡਾ ਜਿਹੜਾ ਨਾ ਪਾਕਿਸਤਾਨ ਕਰ ਲਓ, ਅਸੀਂ ਤੁਹਾਨੂੰ 50 ਲੱਖ ਰੁਪਇਆ ਦਿੰਦੇ। 50 ਲੱਖ ਦੇ ਵਿੱਚ ਜਿਹੜਾ ਨਾ ਸੌਦਾ ਹੋ ਗਿਆ ਉਸ ਮੁੰਡੇ ਦਾ, ਉਹਨੇ 30 ਲੱਖ ਰੁਪਇਆ ਛੱਡ ਦਿੱਤਾ। ਉਹਨਾਂ ਨੇ ਕਿਹਾ ਜੀ ਉਹ ਤਾਂ ਦਿੰਦੇ ਨੀ ਪਿਆ, ਚਲੋ 50 ਜਿਹੜਾ ਆਉਂਦਾ ਉਹਨਾਂ ਨੇ ਬਈ 50 ਲੱਖ ਰੁਪਇਆ ਉਸ ਬੰਦੇ ਦੇ ਅਕਾਊਂਟ 'ਚ ਸੁੱਟਿਆ। ਉਸ ਜਿਸ ਵਕਤ ਉਸ ਬੰਦੇ ਦੇ ਅਕਾਊਂਟ ਚਲਾ ਗਿਆ ਉੱਥੇ, ਪਤਾ ਨੀ ਕਿਵੇਂ ਲੀਬੀਆ ਕਲਿਆ ਕਿ ਇੱਥੇ ਕਿਸੇ ਨੂੰ ਦਿੱਤਾ, ਤੇ ਉਸ ਬੰਦੇ ਨੇ ਬਜਾਏ ਜਿਹੜਾ ਨਾ ਉਹਨੂੰ ਪਾਕਿਸਤਾਨ ਕੱਲਣ ਦੇ ਨਾ, ਉਸ ਮੁੰਡੇ ਨੂੰ ਕੀ ਨਾਂ ਲਈਏ ਉਹ ਆਮਰ ਨੂੰ ਪਾਕਿਸਤਾਨ ਕੱਲਣ ਦੇ, ਉਹਨਾਂ ਨੇ ਉਹਨੂੰ ਛੇਪੇ ਜਵਾ ਕੇ ਇਟਲੀ ਕਰ ਛੱਡਿਆ। ਜਿਸ ਵਕਤ ਉਹ ਇਟਲੀ ਚਲਾ ਗਿਆ, ਕੈਂਪ 'ਚ ਚਲਾ ਗਿਆ, ਫਿਰ ਉੱਥੇ ਉਹਦਾ ਇਲਾਜ ਹੋਇਆ, ਉਹਦੇ ਹੱਥਾਂ ਦੇ ਉੱਤੇ ਜਿਹੜਾ ਨਾ ਯਾਨੀ ਕਿ ਉਹਦੀ ਬਾਹਾਂ ਬਿਲਕੁਲ ਸੋਗੀਆਂ, ਖੂਨ ਨਿਕਲ ਕੇ ਨਾ ਸੋਗੀਆਂ, ਫਿਰ ਉਹਨਾਂ ਨੇ ਉਹਨੂੰ ਟਾਂਕੇ ਟੂਂਕੇ ਲਵਾਏ ਉੱਤੇ ਜਾ ਕੇ ਕਿਨਾਂ ਲਈ ਇਟਲੀ ਦੇ ਵਿੱਚ। ਫਿਰ ਇਹਨਾਂ ਨੇ ਉਹਨੂੰ ਕਿਹਾ ਕਿ ਤੂੰ ਜਿਹੜਾ ਨਾ ਹੁਣ ਇਟਲੀ ਪਹੁੰਚ ਗਿਆ, ਸਾਨੂੰ ਨੀ ਜ਼ਰੂਰਤ, ਤੂੰ ਇੱਥੇ ਵਾਪਸ ਆ ਜਾ, ਸਾਨੂੰ ਨੀ ਜ਼ਰੂਰਤ ਤੂੰ ਇਟਲੀ ਦੀ ਕਮਾਈ ਦੀ, ਤੇ ਤੂੰ ਇੱਥੋਂ ਵਾਪਸ ਆ। ਫਿਰ ਉਹਨਾਂ ਨੇ ਉੱਥੋਂ ਜਿਹੜਾ ਨਾ ਆਊਟ ਪਾਸ ਬਣਵਾਇਆ, ਆਊਟ ਪਾਸ ਬਣਵਾ ਕੇ ਫਿਰ ਉਹਨਾਂ ਨੇ ਪੈਸੇ ਖਰਚਾ ਕੇ ਜਿਹੜਾ ਕੱਲਿਆ ਕਾਲ ਕੇ ਜਿਹੜਾ ਨਾ ਵਾਪਸ ਆਇਆ। ਦੂਜੀ ਦੀਵਾਰ ਦਾ ਪਿਓ ਹੀ ਮਰ ਗਿਆ ਮੁੰਡੇ ਦਾ, ਅੱਲਾ ਮਾਫ਼ੀ ਦੇ। ਮੁੰਡੇ ਦਾ ਹਾਲ ਵੇਖ ਕੇ ਨਾ ਉਹਨਾਂ ਨੇ ਇੱਥੇ ਜਿਹੜੀ ਜ਼ਮੀਨ ਸੀਗੀ ਨਾ, ਉਹਨਾਂ ਦੀ 25 ਲੱਖ ਤੋਂ ਏਕੜ ਜ਼ਮੀਨ ਦਾ ਸੀਗਾ ਐਮਰਜੈਂਸੀ, ਉਹਨਾਂ ਨੇ ਆਪਣੀ ਜ਼ਮੀਨ ਵੇਚੀ 1 ਕਰੋੜ ਰੁਪਏ ਦੀ, 25 ਲੱਖ ਦਾ ਏਕੜ ਜ਼ਮੀਨ ਦਾ ਸੀਗਾ। ਜਿਸ ਬੰਦੇ ਨੇ ਲਈ ਉਹਨੇ 16 ਲੱਖ ਦਾ ਏਕੜ ਉਹਨਾਂ ਕੋਲ ਮੁੱਲ ਲਿਆ। ਬਸ ਜੇ ਦੱਸਿਆ ਤਾਂ ਹੈ ਕਿ ਜਦੋਂ ਮਜਬੂਰੀ ਹੋਏ ਨਾ ਫਿਰ ਹਰ ਬੰਦਾ ਸਾਰਾ ਠਾਂਦਾ, ਮਜਬੂਰੀ ਹੈ ਸਾਰਾ ਠਾਈਏ ਜਿੰਨਾ ਠਾਈਏ ਨਾ, ਕਿਸੇ ਨੂੰ ਤਰਸ ਵਾਲੀ ਗੱਲ ਹੀ ਨੀ ਰਹਿ ਗਈ ਜਾਂ ਕਿਸੇ ਦੇ ਵਿੱਚ ਅਹਿਸਾਸ ਵਾਲੀ ਹੈ ਹੀ ਨਹੀਂ ਗੱਲ। ਨਾ ਨਾ ਨਾ, ਮੈਂ ਕਹਿੰਦਾ ਜਿਹੜੇ ਏਜੰਟ ਹੈ ਨਾ ਇਹ ਇਨਸਾਨ ਹੈ ਹੀ ਕੋਈ ਨੀ ਜ਼ਾਇਦ ਭਾਈ, ਇਨਸ਼ਾਅੱਲਾ ਇਹਨਾਂ ਦਾ ਫਰੋਨ ਵਾਲਾ ਹਾਲ ਹੋਣਾ ਵਾ, ਜਿੰਨੇ ਵੀ ਏਜੰਟ ਹੈ ਫਰੋਨ ਨਾਲ ਹੀ ਭੈੜਾ ਹਾਲ ਹੋਏਗਾ। ਮੈਂ ਕਹਿੰਦਾ ਜ਼ਾਇਦ ਭਾਈ ਇਹਨਾਂ ਦੇ ਪੱਲੇ ਜਿਹੜੇ ਨੇ ਨਾ ਇਨਸਾਨੀਅਤ ਹੈ, ਫਰੋਨ ਦੇ ਦਿਲ ਚ ਮੈਂ ਕਹਿੰਦਾ ਥੋੜਾ ਬਹੁਤਾ ਕੋਈ ਦਰਦ ਹੋਏਗਾ। ਜਿਹੜੇ ਏਜੰਟ ਲੋਕ ਹੈ ਇਹਨਾਂ ਦਾ ਗੱਲ ਇਹਨਾਂ ਦੀ ਪੈਸੇ ਤੋਂ ਸ਼ੁਰੂ ਹੁੰਦੀ,
ਹੈ ਹੀ ਪੈਸੇ ਦੇ ਪੁਜਾਰੀ ਹੈ ਜੀ ਆ ਲੋਕ ਜਿਹੜੇ ਪੈਸੇ ਦੇ ਪੁਜਾਰੀ, ਇਹਨਾਂ ਨੂੰ ਆ ਕੋਈ ਨਹੀਂ ਆਪਣੀ ਲਾਡ ਦਾ ਜਾਂ ਕੋਈ ਸਿਰਫ ਪੈਸਾ ਇਹਨਾਂ ਨੂੰ ਚਾਹੀਦਾ, ਹੋਰ ਕਿਸੇ ਸ਼ਹਿਰ ਨਹੀਂ। ਹਕੀਕਤ ਨਾਲ ਕਿ ਕਾਫਰ ਤੋਂ ਕਾਫਰ ਹੀ ਬੰਦਾ ਹੋਏ ਨਾ, ਅਸੀਂ ਮੁਸਲਮਾਨ ਹਾਂ ਨਾ, ਬਿਲਕੁਲ ਅਸੀਂ ਇੱਕ ਗੈਰ ਮਜ਼ਹਬ ਕਾਫਰ ਵੀ ਹੈ ਨਾ, ਉਹਦੇ ਤੇ ਵੀ ਐਵੇਂ ਜ਼ੁਲਮ ਹੋਏ ਨਾ ਤੇ ਸਾਨੂੰ ਅੰਦਰੋਂ ਰੋਣਾ ਆਏਗਾ, ਤਰਸ ਆਏਗਾ, ਠੀਕ ਹੈ, ਰੋਣਾ ਆਏਗਾ, ਬਿਲਕੁਲ ਬਿਲਕੁਲ। ਇਹ ਸਾਡੇ ਨਾਂ ਦੇ ਹੋਗ ਕੀ ਹੈ ਜੀ ਕਿ ਮੁਸਲਮਾਨ ਆ, ਸਾਡੇ ਹਮ ਵਤਨ ਹੋਗ ਤੇ ਇਹਨਾਂ ਨੂੰ ਤਰਸ ਹੀ ਨਹੀਂ ਆਇਆ। ਇੱਕ ਤਾਂ ਹੁੰਦਾ ਨਾ ਬਗਾਨਿਆਂ ਤੇ ਆਪਣੇ ਬੰਦਿਆਂ ਨਾਲ ਹੀ ਇੰਨਾ ਇੰਨਾ ਜ਼ੁਲਮ ਕਰਦੇ ਵੇ, ਤੇ ਅੱਗੇ ਜਾ ਕੇ ਇਹਨਾਂ ਦਾ ਹਸ਼ਰ ਹੋਣਾ। ਅੱਗੇ ਕੀ ਇੱਥੇ ਹੀ ਅੱਲਾਹ ਤਾਲਾ ਨੇ ਇਹਨਾਂ ਦੇ ਕੁੱਤੇ ਨਾਲ ਹੀ ਭੈੜੀ ਮੌਤ ਮਰਨਾ ਇਹਨਾਂ ਨੇ। ਮੈਂ ਤੈਨੂੰ ਉੱਥੇ ਕੀ ਦੱਸਾਂ ਜਿੱਥੇ ਕਿ ਮਤਲਬ ਉੱਥੇ ਉਹ ਮੈਨੂੰ ਲੈ ਕੇ ਗਏ ਸੀ ਨਾ, ਉਹਨਾਂ ਨੇ ਕੁਰਦਾਂ ਨੂੰ ਵੇਚਿਆ ਸੀਗਾ। ਹਾਂਜੀ, ਉੱਥੇ ਉਹਨਾਂ ਕੁਰਦਾਂ ਨੇ, ਤੂੰ ਯਕੀਨ ਕਰ ਜ਼ਹਿਰ ਪਾਏ, ਬੰਦਿਆਂ ਦੇ ਨਫਸ ਜਿਹੜੇ ਨਾ ਉਹ ਨਾਲੇ ਨਾਲ ਲੈ ਕੇ ਘੁੱਟ ਕੇ ਬੰਨੇ ਹੋਏ ਉਹਨਾਂ ਦੇ ਪਿਸ਼ਾਬ ਵਾਲੀ ਥਾਂ ਜਿਹੜੀ ਹੈ ਨਾ ਉੱਤੇ ਕਰਕੇ ਇੰਜ ਜਿਹੜਾ ਨਾ ਸ਼ੀਸ਼ੇ ਆਰ ਚਮਕਦੀ ਸੀਗੀ, ਜਿਸ ਟਾਈਮ ਉਹਨਾਂ ਦਾ ਛੋਟਾ ਪਿਸ਼ਾਬ ਨਹੀਂ ਆਉਂਦਾ ਸੀ, ਤੜਫਦੇ ਸੀਗੇ ਉਹ ਬੰਦੇ, ਤੇ ਉਹਨਾਂ ਨੂੰ ਬੰਨੀ ਰੱਖਣਾ ਉਹਨਾਂ ਨੇ ਬੜਾ ਬਹੁਤ, ਯਾਨੀ ਕਿ ਜਿਤਨਾ ਜ਼ੁਲਮ ਮੈਂ ਵੇਖਿਆ ਉੱਥੇ ਵੇਖਿਆ ਤੇ ਕਰਦੇ ਮੁਸਲਮਾਨ ਵੇਖਿਆ ਨਾ, ਕਾਫਰ ਨਹੀਂ ਕਰ ਰਿਹਾ ਬਿਲਕੁਲ ਵੀ ਜ਼ੁਲਮ। ਹੈ ਜਿਹੜਾ ਯਾਰ ਅੰਗਰੇਜ਼ ਲੋਕ ਏਡੇ ਚੰਗੇ ਆ, ਕੁੱਤਾ ਜਿਹੜਾ ਨਾ ਡਿੱਗ ਜੇ ਉਹਨੂੰ ਕੋਈ ਕੀੜੇ ਪੈ ਜਾਣ ਅਗਲੇ ਕੁੱਤੇ ਦਾ ਜਿਹੜਾ ਨਾ ਉਹ ਕਰ ਲੈਂਦੇ ਆ ਇਲਾਜ ਕਰਦੇ। ਮੈਂ ਹੁਣ ਆਪਣੀ ਸਟੋਰੀ ਤੁਸੀਂ ਮੇਰੀ ਵੀ ਸੁਣੀ ਹੋਣੀ ਆ, ਹਕੀਕਤ ਨਾਲ ਕਿ ਇੱਥੇ ਲੱਗ ਕੇ ਤੋੜ ਤੱਕ ਜਿਹੜਾ ਨਾ ਐਵੇਂ ਹੈ ਜਿਵੇਂ ਸਮਝੋ ਉੱਥੇ ਕੈਦ ਵੀ ਰਹੇ ਆ, ਉੱਥੇ ਵੀ ਐਵੇਂ ਅਸੀਂ ਐਵੇਂ ਉਹਨਾਂ ਦੇ ਅੱਗੇ ਹੱਥ ਜੋੜਨੇ ਕਿ ਇੱਕ ਸਕਿੰਟ ਸਿਰਫ ਦਰਵਾਜ਼ਾ ਖੁੱਲਾ ਰਹਿਣ ਤੋਂ ਬਾਅਦ ਦੇ ਹਵਾਬ ਮਹਿਸੂਸ ਕਰ ਲਈਏ। ਅਸੀਂ 14 ਦਿਨ ਬਗੈਰ ਖਾਏ ਪੀਏ, ਬਗੈਰ ਹਵਾ, ਬਗੈਰ ਰੋਸ਼ਨੀ ਤੋਂ ਰਹੇ ਆ, ਠੀਕ ਹੈ, ਤੇ ਐਵੇਂ ਸੀ ਜਿਵੇਂ ਕਬਰ ਚ ਇੱਕ ਬੰਦੇ ਦਾ ਹੱਕ ਤੋਂ ਬੰਦ ਕਰ ਦਿੱਤਾ। ਤੇ ਇਹ ਜਿਹੜੇ ਪਾਕਿਸਤਾਨੀ ਹੁੰਦੇ ਸੀ ਮਾਰਨ, ਇਹਨਾਂ ਨੂੰ ਕਹਿਣਾ ਕਿ ਸਿਰਫ 1 ਮਿੰਟ ਬੂਹਾ ਖੁੱਲਾ ਰਹਿਣ ਦੋ ਕਿ ਸਾਨੂੰ ਹਵਾ ਬਾਹਰ ਦੀ ਮਿਲੇ ਤੇ ਇੱਕ ਸਕੂਨ ਬੰਦੇ ਨੂੰ ਮਹਿਸੂਸ ਹੁੰਦਾ। ਉਹਨਾਂ ਨੂੰ ਯਕੀਨ ਕਰੋ ਕਿ ਸਾਡੇ ਜਿਹੜਾ ਨਾ ਜਿਵੇਂ ਇੱਕ ਕੋਈ ਗੋਸ਼ਤ ਨੀ, ਅਸੀਂ ਮੁਰਗੀ ਹਲਾਲ ਕਰਦੇ ਤੇ ਥੱਲੋਂ ਜਿਵੇਂ ਗੋਸ਼ਤ ਨਿਕਲਦਾ, ਐਵੇਂ ਸਾਡੇ ਜਿਸਮ ਹੋ ਗਿਆ ਕਿ ਕਿਸੇ ਬੰਦਾ ਫੜ ਕੇ ਐਵੇਂ ਖਿੱਚੇ ਤੇ ਭਾਵੇਂ ਬੋਟੀ ਲੱਥ ਜਾਏ, ਰੰਗ ਪੀਲੇ, ਖੂਨ ਖਤਮ, ਮੁੰਡਿਆਂ ਦੇ ਵਾਲ ਸਿਰ ਤੋਂ ਚਿੱਟੇ ਹੋ ਗਏ, 16-16, 18-18 ਸਾਲ ਦੇ ਮੁੰਡਿਆਂ ਦੇ ਵਾਲ ਸਿਰ ਤੋਂ ਚਿੱਟੇ ਹੋ ਗਏ, ਠੀਕ ਹੈ। ਉਹ ਤੇ ਅੱਲਾਹ ਤਾਲਾ ਨੂੰ ਯਾਦ ਕੀਤਾ, ਅੱਲਾਹ ਤਾਲਾ ਨੇ ਕਰਮ ਕੀਤਾ, ਅਸੀਂ ਉਹ ਬੰਦੇ ਨੂੰ, ਯਾਨੀ ਕਿ ਈਦ ਦਾ ਦਿਨ ਸੀ, ਅੱਗੇ 3 ਹੁੰਦੇ ਸੀ, 1 ਆਇਆ, ਅਸੀਂ ਉਹਨੂੰ ਕੀ ਨਾ ਲੈਂਦੇ ਨੇ ਕੋਈ ਮਾਫੀਆਂ ਤਰਲੇ ਪਾਏ ਕਿ ਯਾਰ ਸਾਨੂੰ ਅੱਜ ਖਾਣ ਨੂੰ ਲਿਆ ਦੇ ਕੁਛ, ਤੇ ਉਹ ਲੈਣ ਗਿਆ ਸੀ, ਮਗਰੋਂ ਤਿਆਰੀ ਕੀਤੀ ਤੇ ਮੈਂ ਅਸੀਂ 2 ਮੁੰਡੇ ਹੋ ਬਾਕੀਆਂ ਨੂੰ ਲੈ ਕੇ ਨਸ ਕੇ ਆਏ, ਵਿੱਚ ਫਿਰ ਨੀ 4-5 ਨਸੇ, ਉਹ ਕਹਿੰਦੇ ਜੀ ਨਸੇ ਨੀ ਜਾਣਾ, ਉਹ ਡਰਦਾ ਹੀ ਬਹੁਤ ਸੀ ਜਿੰਨਾ ਪਿਆਰਾ ਮਾਰ ਪਈ, ਉਹਨੂੰ ਡਰ ਹੀ ਉਹਨਾਂ ਦਾ ਖੌਫ ਇਤਨਾ ਹੋ ਜਾਂਦਾ। ਇੱਥੇ ਹੁਣ ਜਦੋਂ ਸਟੋਰੀ ਸੁਣਾਈ ਹੈ ਨਾ, ਤੇ ਬੜੇ ਬੰਦੇ ਜਿਹੜੇ ਨਾ ਉਹ ਵਿੱਚ ਨੈਟ ਤੇ ਮੈਸੇਜ ਕਰਦੇ ਕਿ ਲੈ ਵੀ ਉਹ 2 ਬੰਦੇ ਜਾਂ 3 ਮਾਰਨ ਨਾਲ ਤੁਸੀਂ 16-17, ਮੈਂ ਇੱਥੇ ਲੋਕੀ ਤਾਂ ਸਿਰਫ ਮੂੰਹ ਹਿਲਾ ਦਿੰਦੇ ਨਾ, ਮੂੰਹ ਨਾਲ ਇਹਨਾਂ ਨੇ ਮੂੰਹ ਹਿਲਾ ਤਾ ਤੇ ਗੱਲ ਕਰਤੀ, ਇਹਨਾਂ ਨੂੰ ਕੀ ਪਤਾ ਲੈ ਵੀ ਅੱਗੇ ਜਾਣ, ਏਡੇ ਏਡੇ ਭਲਵਾਨ ਵੇਖਣ ਨੂੰ ਲੱਗਣ ਤੇ ਯਕੀਨ ਕਰੋ ਕਿ ਰੋਂਦੇ ਐਵੇਂ ਸੀ ਜਿਵੇਂ 2 ਸਾਲਾਂ ਦਾ ਨਿਆਣਾ ਹੈ, ਬੜਾ ਐਵੇਂ ਕਹਿੰਦਾ ਜੀ ਐਵੇਂ ਤੋਂ ਮੈਂ ਤੇ ਕਾਹਤੋਂ ਐਵੇਂ ਝੂਠ ਬੋਲਣਾ, ਅਸੀਂ ਤੇ ਇੱਕ ਅੱਲਾ ਦੀ ਰਜ਼ਾ ਵਾਸਤੇ ਕਿ ਹੋ ਸਕਦਾ ਸ਼ਾਇਦ ਅੱਲਾਹ ਤਾਲਾ ਨੇ ਐਸੇ ਜ਼ਰੀਏ ਸਾਨੂੰ ਵਾਪਸ ਲਿਆਂਦਾ, ਹਕੀਕਤ ਨਾਲ ਅਸੀਂ ਖੁਦ ਨੂੰ ਇਹ ਸਮਝ ਲਿਆ ਕਿ ਲੈ ਵੀ ਇੱਥੇ ਹੀ ਐਂਡ, ਇੱਥੋਂ ਵਾਪਸ ਨਿਕਲਣ ਦਾ ਚਾਂਸ ਹੀ ਨਹੀਂ ਹੈਗਾ, ਠੀਕ ਹੈ, ਬਿਲਕੁਲ। ਤੇ ਯਾਨੀ ਕਿ ਜੇ ਇੰਨਾ ਪੈਸਾ ਹੋਇਆ ਤੇ ਅਸੀਂ ਇੱਥੇ ਕਿੱਥੇ ਖਾਣ ਆਉਣਾ ਸੀ, ਅਸੀਂ ਉੱਥੇ ਨੀ ਅਸੀਂ ਚੰਗੇ, ਉਹ ਜੀ ਅੱਲਾਹ ਤਾਲਾ ਨੇ ਕਰਮ ਕੀਤਾ ਤੇ ਉੱਥੋਂ ਆ ਗਏ ਆ, ਤੇ ਵੀਡੀਓ ਬਣਾਈ ਹੈ, ਲੋਕਾਂ ਨੂੰ ਦੱਸਿਆ, ਬਹੁਤ ਲੋਕ, ਇੱਕ ਨੀ ਕੋਈ ਲੱਖਾਂ ਕਰੋੜਾਂ ਦੇ ਹਿਸਾਬ ਨਾਲ ਲੋਕ ਹੈ ਜਿਹੜੇ ਫੋਨ ਵੀ ਕਰਦੇ ਵੇ, ਕਈ ਕਹਿੰਦੇ ਕਿ ਅਸੀਂ ਜਾਣਾ ਅਸੀਂ ਨਹੀਂ ਗਏ, ਕਈਆਂ ਦੇ ਮਾਂ ਪਿਓ ਫੋਨ ਕਰਕੇ ਦੁਆਵਾਂ ਦਿੰਦੇ, ਤੇ ਸਾਨੂੰ ਮੋਹਰ ਦੀਆਂ ਦੁਆਵਾਂ ਮਿਲਣ ਦੀਆਂ, ਹੋ ਸਕਦਾ ਅੱਲਾਹ ਤਾਲਾ ਨੇ ਐਸੇ ਕੰਮ ਤੋਂ ਵਾਪਸ ਲਿਆਂਦਾ ਕਿ ਚਲੋ ਆਣ ਕੇ ਲੋਕਾਂ ਨੂੰ ਦੱਸਣਗੇ ਭਲਾ ਹੋ ਜੇ, ਠੀਕ ਹੈ, ਬਿਲਕੁਲ। ਮੈਂ ਰੋਟੀ ਖਾ ਰਿਹਾ, ਜਿਹੜਾ ਕੁਰਦੇ ਨੇ ਮੈਨੂੰ ਵੇਚਿਆ, ਮੈਂ ਉਹਨਾਂ ਨੇ ਮੈਨੂੰ 1 ਰੋਟੀ ਦਿੱਤੀ ਹੈ, ਅੱਛਾ ਰੋਟੀ ਮੈਂ ਜਿਹੜਾ ਨਾ ਰੋਟੀ ਖਾ ਰਿਹਾ, ਮੈਂ ਕੋਈ 1/2 ਰੋਟੀ ਖਾਧੀ ਹੈ, ਤੇ ਪਰਾਂ ਪਿਆ ਸੀਗਾ ਮਸ਼ਕੀਰੇ ਦੇ ਵਿੱਚ ਪਾਣੀ, ਤੇ ਮੈਂ ਸੰਗਲ ਛਿੱਕ ਜਿਹੜੀ ਗਿਆ ਜਿਹੜਾ ਨਾ ਪਾਣੀ ਲੈਣ ਵਾਸਤੇ, ਉਹ ਕੁੱਤਾ ਜਿਹੜਾ ਨਾ ਉਹਨਾਂ ਦਾ ਰੋਟੀ ਲੈ ਕੇ ਦੌੜ ਗਿਆ, ਤੇ ਉਹਨਾਂ ਨੇ ਕੁਰਦੇ ਨੇ ਵੇਖਿਆ ਕਿ ਇਹਨੇ 1/2 ਰੋਟੀ ਖਾਧੀ ਹੈ, ਤੇ 1/2 ਰੋਟੀ ਜਿਹੜਾ ਨਾ ਇਹਨੇ ਕੁੱਤੇ ਨੂੰ ਪਾ ਛੱਡਿਆ, ਕੁੱਤਾ ਤੇ ਉੱਥੇ ਚੁੱਕ ਕੇ ਦੌੜਿਆ, ਉਹਨੇ ਆਪਣੇ ਜਿਹੜਾ ਨਾ ਆਰਡਰ ਲਾ ਦਿੱਤਾ ਕਿ ਆਇੰਦਾ ਇਹਨੂੰ ਜਿਹੜਾ 1 ਰੋਟੀ ਦੀ ਬਜਾਏ
ਇਹ ਅੱਧੀ ਰੋਟੀ ਦਿਆ ਕਰੋ ਕਿਉਂਕਿ ਇਹਦੀ ਅੱਧੀ ਨਾਲ ਹੀ ਏਦਾਂ ਢਿੱਡ ਭਰ ਜਾਂਦਾ ਤੇ ਜਿਹੜਾ ਨਾ ਬਕਾਇਆ ਕੁੱਤੇ ਨੂੰ ਪਾ ਦਿੰਦਾ। ਐਸੇ ਜ਼ਾਲਮ ਇਨਸਾਨ ਸੀ। ਅੱਛਾ ਚਲੋ ਜ਼ਾਹਿਰ ਭਾਈ, ਮੈਂ ਆਪਣੀ ਵਾਲਦਾ ਨੂੰ ਜਿਹੜਾ ਨਾ ਤੁਹਾਡੀ ਉਹ ਰਿਕਾਰਡਿੰਗ ਸਵਾਈ ਪਾਰਟ 4 ਜਿਹੜਾ ਨਾ ਮੈਂ ਸੁਣਾਇਆ, ਅੰਮੀ ਕਹਿਣ ਲੱਗੀ ਦੇਖ ਲਾ। ਅੰਮੀ ਨੇ ਇੱਕ ਹੀ ਗੱਲ ਕਹੀ ਹੈ ਕਿ ਪਾਕਿਸਤਾਨੀ ਕੌਮ ਐਸੀ ਹੈ ਨਾ, ਮੱਛੀ ਦੀ ਮਿਸਾਲ ਦਿੱਤੀ ਹੈ ਅੰਮੀ ਨੇ ਕਿ ਜਿਸ ਟਾਈਮ ਤਾਈਂ ਝਟਕੇ ਹੀ ਮੁੜਨਾ ਵੈਸਾ ਨਹੀਂ ਮੁੜਨਾ। ਅੰਮੀ ਕਹਿਣ ਲੱਗੀ ਜਿਹੜਾ ਨਾ ਪਾਕਿਸਤਾਨੀ ਕੌਮ ਐਸੀ ਹੈ, ਜਦੋਂ ਤਾਈ ਜਿਹੜਾ ਨਾ ਮੱਛੀ ਪੱਥਰ ਕੱਟ ਕੇ ਵਾਪਸ ਨੀ ਨਾ ਹਟਦੀ, ਉਸ ਵਕਤ ਉਹਨਾਂ ਨੂੰ ਅਕਲ ਨੀ ਆਉਂਦੀ। ਹੁਣ ਮੱਛੀ ਮੱਛੀ ਪੱਥਰ ਚੜਦੀ ਰਹੀ, ਬਾਹਰ ਪਤਾ ਲੱਗਿਆ ਚਾਹੇ ਤਾਂ ਪੱਥਰ ਹੈ ਤਾਂ ਖੁਰਾਕ ਹੀ ਕੋਈ ਨੀ ਹੈ। ਤੁਹਾਨੂੰ ਪਤਾ ਹੁੰਦਾ ਕਿ ਲੈ ਵੀ ਮੇਰੇ ਨਾਲ ਉੱਥੇ ਜਾ ਕੇ ਇਹ ਜ਼ੁਲਮ ਹੋਣਾ ਹੈ ਜਾਂ ਮੇਰੇ ਨਾਲ ਇਹ ਕੁਛ ਬੀਤਣਾ ਹੈ, ਤਾਂ ਬਹੁਤ ਅੱਗੇ ਦੀ ਸੋਚ ਥੋੜਾ ਜਿਹਾ ਵੀ ਜ਼ੁਲਮ ਦਾ ਹੁੰਦਾ ਨਾ ਪਤਾ, ਉਸਦੀ ਹਰਗਜ਼ ਨਹੀਂ ਸੀ ਜਾਣਾ। ਤੁਹਾਡਾ 4 ਲੱਖ ਤੁਸੀਂ ਪਹਿਲੂ ਦੇ ਤਾ, 1 ਲੱਖ ਉੱਥੋਂ ਜਮਾ ਕਰਾਇਆ, ਜਦੋਂ ਪਹੁੰਚ ਗਏ ਫਿਰ 3 ਲੱਖ ਉਹ ਬੀਬੀ ਦੇ ਅਕਾਊਂਟ ਚ ਕਰਾਇਆ, 4 ਚਲ ਗਿਆ, 6-7 ਸਾਲ ਤੁਸੀਂ ਜਿਹੜੀ ਆ ਜ਼ਲਾਲਤ ਕੱਟੀ, ਅੱਲਾ ਮਾਫੀ ਦੇ ਇਹ ਕੱਟੀ, ਕੱਟ ਕੇ ਉਸ ਤੋਂ ਬਾਅਦ ਫਿਰ ਤੁਹਾਡਾ ਯਾਨੀ ਕਿ 2-2.5 ਲੱਖ ਹੋ ਗਿਆ, 60-62 ਹਜ਼ਾਰ 1-18-20 ਹਜ਼ਾਰ 1 ਗਿਆ, ਇਹ ਸਮਝ ਪਾ ਕੇ 4 ਲੱਖ ਆ। ਫਿਰ ਜਿਹਨੇ ਉਹ ਬਿਠਾ ਨਾ ਇਹ ਜਾ ਤੇ ਉਹਨੇ 2.5 ਲੱਖ ਲਿਆ, 3 ਲੱਖ ਰੁਪਿਆ ਫੇਰ ਜਿਹੜਾ ਅਲੀ ਸ਼ੇਰ ਨੂੰ ਦਿੱਤਾ, ਪਹੁੰਚ ਗਏ ਸੁਡਾਨ। ਠੀਕ ਹੈ, ਸੁਡਾਨ ਪਹੁੰਚ ਕੇ ਠੀਕ ਹੈ, ਫਿਰ ਉਸ ਤੋਂ ਬਾਅਦ ਜਿਸ ਟਾਈਮ ਉੱਥੇ ਉੱਥੋਂ ਅੱਲਾ ਭਲਾ ਕਰੇ ਉਹਦਾ ਜਿਹੜਾ ਨਾ ਉਹਨਾਂ ਨੇ ਤੁਰਕਿਆਂ ਦੇ ਜਿਹੜੇ ਉੱਥੇ ਮੈਨੂੰ ਲੈ ਕੇ ਆਇਆ, ਤੁਰਕੀ ਦੇ ਬਾਰਡਰ ਤੇ ਸੋਨਾ ਕੱਢ ਰਹੇ ਸੀ, ਉਹ ਮੈਨੂੰ ਉੱਥੇ ਲੈ ਕੇ ਆਏ। ਫਿਰ ਉਸ ਤੋਂ ਬਾਅਦ ਜਿਹੜਾ ਅਗਲਾ ਪ੍ਰੋਸੀਜਰ ਸਾਨੂੰ ਉਹ ਰੋਟੀ ਦਿੱਤੀ, ਜਿਹੜਾ ਨਾ ਉਹਨਾਂ ਨੇ ਦਿੱਤਾ ਸਾਰਾ ਕੁਝ ਕੀਤਾ ਪਠਾਨ ਨੂੰ, ਜਿਹੜਾ ਨਾ ਫਿਰ ਜਿੱਥੇ ਪਠਾਨ ਛੱਡ ਕੇ ਆਇਆ ਸੀ 60-62 ਹਜ਼ਾਰ ਤੇ 63 ਹਜ਼ਾਰ ਰੁਪਇਆ ਮੈਂ ਉਹਨਾਂ ਨੂੰ ਦਿੱਤਾ, 22 ਹਜ਼ਾਰ ਰੁਪਇਆ ਖਾਣੇ ਦਾ ਦਿੱਤਾ, 1,30,000 ਰੁਪਇਆ ਜਿਹੜਾ ਨਾ ਅੰਬੈਸੀ ਵਾਲੇ ਨੂੰ ਦਿੱਤਾ, 1,20,000 ਰੁਪਇਆ ਉਹਨੂੰ ਦਿੱਤਾ ਜਿਹਨਾਂ ਲਈ ਇਹ ਜਿਹੜਾ ਉਹ ਸੁਡਾਨੀ ਸੀਗਾ। ਠੀਕ ਹੈ, ਫਿਰ 2.5 ਲੱਖ ਰੁਪਇਆ ਪੂਰਾ ਬੱਧਾ ਰੁੱਖਾ ਉਸ ਬੰਦੇ ਨੇ ਦਿੱਤਾ ਜਿਹਨੇ ਮੈਨੂੰ ਏਅਰਪੋਰਟ ਦੇ ਵਿੱਚ ਜਹਾਜ਼ ਦੇ ਵਿੱਚ ਜਿਹੜਾ ਨਾ ਮੈਨੂੰ ਬਾ ਗਿਆ 2.5 ਲੱਖ ਰੁਪਇਆ ਬੰਦਾ ਰੁੱਖਾ ਉਹ ਲੈ ਗਿਆ। ਫਿਰ ਆ ਗਿਆ ਜੀ ਪਾਕਿਸਤਾਨ ਦੇ ਵਿੱਚ, ਪਾਕਿਸਤਾਨ ਦੇ ਵਿੱਚ ਡੀਲ ਹੋਈ 85,000 ਰੁਪਇਆ ਤੇ ਇਹਨਾਂ ਕਿੱਦਾਂ ਨੇ ਲੈ ਲਿਆ ਸਰ ਮੇਰੇ ਕੋਲ, ਦੱਸ ਉੱਥੇ ਮੈਂ ਕੀ ਕਮਾਇਆ 6 ਸਾਲ। ਮੈਂ ਉਹੀ ਗੱਲ ਦੱਸਣ ਲੱਗਾ ਕਿ ਜੇ ਨਾ ਪਤਾ ਹੋਏ ਜਾਂ ਤੇ ਅਸੀਂ ਯਾਨੀ ਕਿ ਜਿੰਨੇ ਪੈਸੇ ਲੱਗੇ ਇੰਨੇ ਚ ਲੀਗਲ ਵੀ ਯਾਨੀ ਕਿ ਸਹੀ ਜਾ ਸਕਦੇ ਸੀ ਇੱਕ ਗੱਲ ਕਰਨ ਦੇ। ਹਾਂਜੀ, ਲੇਕਿਨ ਲੋਕ ਹੈ ਨਾ ਇਹ ਇਨਸਾਨ ਨੂੰ ਪਹਿਲਾਂ ਪਸੰਦ ਆਵੇ, ਸਬਜ਼ ਬਾਗ ਦਿਖਾ ਕੇ ਪਸੰਦ ਆਵੇ। ਹੁਣ ਅਸੀਂ ਵੀ ਸਾਨੂੰ ਕੋਈ ਪਤਾ ਨੀ, ਅਣਜਾਣ ਸੀ, ਨਹੀਂ ਕਦੀ ਗਏ ਨੀ, ਪਤਾ ਹੀ ਨਹੀਂ ਸੀ ਹੈਗਾ। ਸਾਨੂੰ ਸਬਜ਼ ਬਾਗ ਦਿਖਾਇਆ ਜੀ 3.5 ਲੱਖ ਚ ਯੂਨਾਨ ਪਹੁੰਚਾਣਾ, ਤੁਹਾਨੂੰ ਉੱਥੇ ਪਹੁੰਚ ਕੇ ਦੇਣਾ ਕੀ ਹੈ ਜੀ, ਇੱਥੇ 25-25 ਹਜ਼ਾਰ ਘਰ ਦੇ ਜੋ 25-25 ਨਾਲ ਲੈ ਜਾਓ ਖਰਚਾ, 50,000 ਆ, 3 ਲੱਖ ਰੁਪਇਆ ਉੱਥੇ ਪਹੁੰਚ ਕੇ 1-2 ਦਿਨ ਰੈਸਟ ਕਰੋ ਫਿਰ ਦੇਣਾ, ਠੀਕ ਹੈ। ਲੇਕਿਨ ਉਹ ਇੱਥੋਂ ਜਦੋਂ ਉਹਨਾਂ ਨੂੰ ਪਤਾ ਕਿ ਲੈ ਵੀ ਇੱਥੋਂ ਨਿਕਲ ਗਏ ਵੇ, ਅੱਗੋਂ ਇਹਨਾਂ ਨੂੰ ਫਸਾ ਲਿਆ, ਫਿਰ ਜਾਨ ਇਹਨਾਂ ਦੀ ਫਸ ਜਾਣੀ ਸ਼ਿਕੰਜੇ ਦੇ ਅੰਦਰ, ਫਿਰ ਅਸੀਂ ਇਹਨਾਂ ਕੋਲ ਜੋ ਮਰਜ਼ੀ ਕਰਵਾਈ ਜੀਏ ਕਿ ਫਿਰ ਜਿਵੇਂ ਦਾ ਕੋਈ ਘਰ ਵਾਲਾ ਪਿੱਛੋਂ ਦਾ ਉਵੇਂ ਦੀ ਉਹਨਾਂ ਕੋਲ ਮੰਗ ਮੰਗ ਪੈਸੇ ਕਢਾਈ ਗਏ। ਤੇ ਐਸੇ ਵਜ੍ਹਾ ਤੋਂ ਮੈਂ, ਮੇਰੀ ਖੁਦ ਕੰਪਿਊਟਰ ਮੋਬਾਈਲ ਦੀ ਦੁਕਾਨ ਹੈ ਤੇ ਮੈਂ ਯਾਨੀ ਕਿ ਨੈਟ ਦੇ ਉੱਤੇ ਬੜਾ ਸਰਚ ਮਾਰਦਾ ਰਹਿਣਾ ਉਰਾਂ ਪਰਾਂ, ਤੇ ਕਈ ਵੇਖਿਆ ਤਾਂ ਕਿਸੇ ਨੇ ਮਿੰਟ ਡੇਢ ਮਿੰਟ ਦੇ ਨਾ ਐਵੇਂ ਕਲਿੱਪ ਜਿਹਾ ਬਣਾਇਆ, ਚਾੜਤਾ ਉਹ ਸ਼ੇਪ ਦੇ ਉੱਤੇ ਜਾਣ ਦੇਵੇ ਜਾਂ ਕੋਈ ਪੈਰਾਟਰ ਨੇ ਕੋਈ 2 ਜਾਂ 4 ਮਿੰਟ ਦਾ ਹੱਦ 5 ਮਿੰਟ ਦਾ ਵੇਖਿਆ ਕਲਿੱਪ। ਮੈਂ ਆਖਿਆ ਯਾਰ ਕਿ ਬਾਕੀ ਤੇ ਲੋਕੀ ਭੈੜੇ ਕੰਮ ਨੂੰ ਤੇ ਹਰ ਕੋਈ ਟੁਰਦਾ, ਕੋਈ ਚੰਗਾ ਕੰਮ ਵੀ ਕਰਕੇ ਵੇਖ ਲਿਆ, ਚਲੋ ਅੱਲਾ ਤਾਲਾ ਨੇ ਇੱਕ ਵਾਰ ਦੁਬਾਰਾ ਜ਼ਿੰਦਗੀ ਦਿੱਤੀ ਹੈ ਤੇ ਚਲੋ। ਮੈਂ ਫਿਰ ਉਹ ਮੁੰਡਾ ਜਿਹੜਾ ਨਾਲ ਗਿਆ ਸੀ, ਹਜੇ 2-3 ਸਾਡੇ ਮੁੰਡੇ ਸੀ, ਲੇਕਿਨ ਆਪੋ ਆਪਣੀ ਅਕਲ ਦੀ ਗੱਲ ਹੁੰਦੀ ਕੀ ਹੈ ਜੇ ਸਾਡੀ ਬੇਇੱਜ਼ਤੀ, ਮੈਂ ਕਿਹਾ ਬੇਇੱਜ਼ਤੀ ਕਹਿੰਦੇ ਜੇ ਸਾਡੀ ਕਾਹਦੀ ਹੈ, ਕਿ ਸਾਡੇ ਨਾਲ ਬੀਤਿਆ ਇੰਨੀ ਆਕੜ ਸਾਡੇ ਅੰਦਰ ਕਿ ਅਸੀਂ ਹੈ ਇੱਕ ਮਿੱਟੀ ਦੇ ਪੁਤਲੇ ਆ ਤੇ ਆਕੜ ਇੰਨੀ ਲਈ ਫਿਰਦੇ ਹਾਂ ਕਿ ਉੱਥੇ ਅਸੀਂ ਮਰ ਜਾਂਦੇ ਤੇ ਉਹ ਚੰਗਾ ਸੀ,
ਇੱਥੇ ਆਣ ਕੇ ਅਸੀਂ ਲੋਕਾਂ ਨੂੰ ਦੱਸੀਏ ਕਿ ਕਿਸੇ ਦਾ ਭਲਾ ਇਹਨਾਂ ਚ ਹੋਣਾ, ਇਹਨਾਂ ਚ ਸਾਡੀ ਬੇਇੱਜ਼ਤੀ ਕਰੀ ਹੋਣੀ ਕਿ ਸਾਡੇ ਨਾਲ ਕੋਈ ਨਾ ਕੋਈ ਤੇ ਸਮਝੋ ਅਮਲ ਕਰ ਲੇਗਾ। ਚਲੋ ਸਾਰੇ ਨਾ ਕਰਨਗੇ, ਕੋਈ ਨਾ ਕੋਈ ਕਰ ਲੇਗਾ ਨਾ, ਕਰ ਦਿੰਦੇ ਪਹਿਲੇ ਨੰਬਰ ਤੇ, ਠੀਕ ਹੈ। ਉਹਨੇ ਫਿਰ ਕਿੱਥੋਂ ਕੱਢਨੇ ਵੇ ਤੇ ਅਸੀਂ ਕਿੱਥੋਂ ਇੰਨੇ ਮੁੜ ਕੇ ਲਾਣੇ ਵੇ। ਅੱਛਾ ਮੇਰੀ ਗੱਲ ਸੁਣ, ਮੈਂ ਨਾ ਇਹਦੀ ਨਾ ਦਰਖਾਸਤ ਦਿੱਤੀ ਫੈਸਲਾਬਾਦ ਐਂਟੀ ਕਰਪਸ਼ਨ ਸੀ ਆਈ ਏ ਦੇ ਵਿੱਚ ਦਿੱਤੀ ਦਰਖਾਸਤ, ਇਹਦੀ ਇਹਦੀ ਦਰਖਾਸਤ ਦਿੱਤੀ ਮੈਂ ਝੰਗ ਜਾ ਕੇ, ਸਹੀ ਝੰਗ ਜਾ ਕੇ ਦਿੱਤੀ ਮੈਂ ਜਿਹੜਾ ਮੈਂ ਡੀਐਸਪੀ ਨੂੰ ਦਰਖਾਸਤ ਦਿੱਤੀ, ਡੀ ਪੀ ਓ ਨੇ ਪਹਿਲੇ ਦਰਖਾਸਤ ਦਿੱਤੀ, ਉਹਨੇ ਮਾਰਕ ਦਿੱਤੀ ਡੀਐਸਪੀ ਨੂੰ, ਡੀਐਸਪੀ ਨੇ ਦਿੱਤੀ ਜਿਹੜਾ ਨਾ ਮਾਰਕ ਕੀਤੀ ਉਹਨੂੰ ਕੀ ਨਾਂ ਲਈਏ ਐਸ ਐਚ ਓ ਨੂੰ, ਠੀਕ ਹੈ ਨਾ। ਹੁਣ ਜਿਹਦੇ ਕੋਲ ਮੇਰੀ ਦਰਖਾਸਤ ਸੀ ਮੈਂ ਤੇ ਉਹਦੇ ਕੋਲ ਹੀ ਜਾਣਾ ਸੀ ਨਾ, ਅੱਛਾ ਮੈਂ ਉਹਦੇ ਕੋਲ ਹੀ ਜਾਣਾ। ਉਹਨੇ ਅੱਗੋਂ ਰਿਪੋਰਟ ਬਣਾ, ਉਹਨੇ ਜਿਹੜਾ ਨਾ ਖਾਨੂਆਣੇ ਦੇ ਸਕੂਲ ਦੇ ਨਾਲ ਜਿਹੜਾ ਨਾ ਸ਼ੇਰ ਦਾ ਮਕਾਨ ਸੀ ਉੱਥੇ ਜਿਹੜਾ ਨਾ ਉਹਨੂੰ ਗਿਆ ਜਾ ਕੇ ਉਹਨੂੰ ਮਿਲਿਆ, ਮਿਲ ਕੇ ਵੱਲਾ ਆਲਮ ਉਹਨੂੰ ਮੈਂ ਉਹਨੂੰ ਮਕਾਨ ਵੀ ਵਿਖਾ ਕੇ ਆਇਆ ਐਸ ਐਚ ਓ ਨੂੰ ਆਪਣੇ ਖਰਚੇ ਤੇ ਲੈ ਕੇ ਗਿਆ, ਠੀਕ ਹੈ। ਜਿਸ ਦਿਨ ਲੈ ਕੇ ਗਿਆ ਮੈਂ ਉਹਨੂੰ ਉੱਥੋਂ ਥਾਣੇ ਦੇ ਵਿੱਚੋਂ ਲੈ ਕੇ ਗਿਆ, ਮੇਰਾ 6-7 ਹਜ਼ਾਰ ਰੁਪਇਆ ਖਰਚਾ ਹੋ ਗਿਆ, ਉਹਨਾਂ ਨੂੰ 3,000 ਦਾ ਪੈਟਰੋਲ ਪਵਾ ਕੇ ਦਿੱਤਾ, ਆਈ ਸਮੇ ਉਹਨਾਂ ਨੂੰ 3,500 ਦੀ ਰੋਟੀ ਖਵਾਈ ਹੈ, 500 ਰੁਪਇਆ ਮੈਂ ਆਪਣਾ ਲਾ ਕੇ ਘਰ ਆਇਆ, ਪੁਲਿਸ ਵਾਲੇ ਨੂੰ ਰੋਟੀ ਖਵਾਈ। ਅੱਛਾ ਉਹ ਨਾ ਜਿਸ ਵਕਤ ਅੰਦਰ ਗਏ ਨਾ ਉਹਨੂੰ ਮੈਂ ਮਕਾਨ ਵਿਖਾਇਆ, ਮੈਂ ਕਿਹਾ ਅਲੀ ਸ਼ੇਰ ਦਾ ਮਕਾਨ ਹੈ, ਅਲੀ ਸ਼ੇਰ ਵੀ ਉਹਨਾਂ ਨੂੰ ਮਿਲ ਗਿਆ, ਠੀਕ ਹੈ। ਅਲੀ ਸ਼ੇਰ ਨੇ ਕੀ ਕੀਤਾ ਜਿਹੜਾ ਨਾ ਉਹ ਪੁਲਿਸ ਵਾਲਿਆਂ ਨੇ ਮੈਨੂੰ ਕੀ ਕੀਤਾ ਅੰਦਰ ਜਾ ਕੇ ਨਾ ਮੈਨੂੰ ਤਾਂ ਗੱਡੀ ਦੇ ਵਿੱਚ ਭਾਈ ਰੱਖਿਆ ਗਿਆ ਕਿਉਂਕਿ ਮੈਂ ਉਹਨਾਂ ਨਾਲ ਹੀ ਗੱਡੀ ਤੇ ਗਿਆ ਸੀਗਾ, ਮੈਨੂੰ ਗੱਡੀ ਦੇ ਉੱਤੇ ਭਾਈ ਰੱਖਿਆ ਤੇ ਉਹ ਐਸ ਐਚ ਓ ਜਿਹੜਾ ਸੀਗਾ ਨਾ ਉਹਦੇ ਨਾਲ ਗੱਲ ਕਰਦਾ ਰਿਹਾ ਅਲੀ ਸ਼ੇਰ ਨਾਲ, ਅਲੀ ਸ਼ੇਰ ਨਾਲ ਗੱਲ ਕੀਤੀ ਤਕਰੀਬਨ ਉਹਨੂੰ ਕੋਈ 1.5 ਘੰਟਾ ਲੱਗਾ ਜਿਹੜਾ ਨਾ ਉਹਨੂੰ ਅੰਦਰ ਮੀਟਿੰਗ ਕੀਤੀ ਉਹਦੇ ਨਾਲ, ਮੀਟਿੰਗ ਕਰਕੇ ਨਾ ਮੈਨੂੰ ਕਹਿਣ ਲੱਗਾ ਖਾਲਦ ਬਾਸ ਹੁਣ ਜਿਹੜਾ ਨਾ ਤੇਰਾ ਮਾਸ਼ਾਅੱਲਾ ਕੰਮ ਹੋ ਗਿਆ ਤੇ ਬੇਫਿਕਰ ਹੋ ਜਾ, ਇਹਦੀ ਰਗਾਂ ਦੇ ਵਿੱਚ ਵੀ ਮੈਂ ਤੇਰਾ 14-15 ਲੱਖ ਰੁਪਇਆ ਕਢਾਵਾਂਗਾ, ਚੱਲ ਚੱਲੀਏ ਆ ਜਾ। ਮੈਂ ਜਿਹੜਾ ਨਾ ਉਹਨਾਂ ਨੇ ਮੈਨੂੰ ਥਾਣੇ ਦੇ ਬੂਹੇ ਅੱਗੇ ਲਾਇਆ ਤੇ ਅੱਗੋਂ ਜਿਹੜਾ ਨਾ ਮੈਂ ਗੱਡੀ ਤੇ ਚੜਿਆ, ਮੈਂ ਘਰ ਆ ਗਿਆ, ਮੈਂ ਅੱਗੋਂ ਤੀਸਰੇ ਹਫਤੇ ਗਿਆ ਤੇ ਉਹਨਾਂ ਨੇ ਕਿਹਾ ਜਿਹੜਾ ਨਾ ਮੈਂ ਰਿਪੋਰਟ ਜਿਹੜਾ ਨਾ ਬਣਾ ਰਿਹਾ ਤੇ ਤੂੰ 1-2 ਦਿਨ ਠਹਿਰ ਕੇ ਜਾਂ ਹਫਤਾ ਠਹਿਰ ਕੇ ਤੂੰ ਆ ਜਾਈ। ਮੈਂ ਕਿਹਾ ਚਲੋ ਸਹੀ ਹੈ, ਮੈਂ ਗਿਆ ਐਸ ਐਚ ਓ ਕੋਈ ਨਾ, ਫਿਰ ਗਿਆ ਫਿਰ ਐਸ ਐਚ ਓ ਕੋਈ ਨਾ, ਫਿਰ ਗਿਆ ਫਿਰ ਐਸ ਐਚ ਓ ਕੋਈ ਨਾ, ਫਿਰ ਇੱਕ ਦਿਨ ਜਿਹੜਾ ਨਾ ਮੈਂ ਫਿਰ ਗਿਆ ਤਕਰੀਬਨ 2-2.5 ਮਹੀਨੇ ਬਾਅਦ ਉਹ ਹੀ ਐਸ ਐਚ ਓ ਜਿਹੜਾ ਨਾ ਗੱਡੀ ਦੇ ਵਿੱਚ ਬੈਠਾ ਹੋਇਆ ਤੇ ਮੈਂ ਉਹਨੂੰ ਜਾ ਕੇ ਸਲਾਮ ਕੀਤਾ, ਮੈਨੂੰ ਕਹਿਣ ਲੱਗਾ ਤੂੰ ਕੌਣ ਹੈ, ਮੈਨੂੰ ਕਹਿਣ ਲੱਗਾ ਤੂੰ ਕੌਣ ਹੈ ਜੀ। ਮੈਂ ਕਿਹਾ ਜੀ ਮੇਰੇ ਨਾਂ ਦੀ ਦਰਖਾਸਤ ਆਈ ਹੋਈ ਸੀਗੀ ਜਿਹਨਾਂ ਦਾ ਖਾਲਦ ਅਬਾਸ ਦੇ ਨਾਂ ਦੀ ਜੇ ਵੋ, ਕਹਿੰਦਾ ਉਹ ਤਾਂ ਮੈਂ ਰਿਪੋਰਟ ਬਣਾ ਕੇ ਡੀਐਸਪੀ ਨੂੰ ਦੇ ਛੱਡੀ ਆ। ਚਲੋ ਡੀਐਸਪੀ ਦੇ ਦਫ਼ਤਰ ਚਲਾ ਗਿਆ, ਉੱਥੇ ਜਾ ਕੇ ਜਿਹੜਾ ਨਾ ਗੱਲ ਗੁਲ ਕੀਤੀ ਤੇ ਉਹਨੇ ਕਿਹਾ ਡੀਐਸਪੀ ਹੈ ਕੋਈ ਨੀ, ਦਰਖਾਸਤ ਮਾਰਕ ਹੋ ਕੇ ਇੱਥੇ ਆਈ ਹੋਈ, ਉਹਦੀ ਰਿਪੋਰਟ ਡੀਪੀਓ ਨੂੰ ਜਾਣੀ ਹੈ, ਅਜੇ ਇੱਥੇ ਹੀ ਪਈ ਆ। ਉਹਦਾ ਉਹਦੇ ਜਿਹੜਾ ਉਹ ਕਲਰਕ ਉਹਦਾ ਜਿਹੜਾ ਉਹ ਹੁੰਦਾ ਉਹਨੂੰ ਜਿਹੜਾ ਨਾ ਮੈਂ ਦਿੱਤਾ, ਮੈਂ ਕਿਹਾ ਯਾਰ ਤੁਸੀਂ ਐਂ ਕਰੋ ਮੈਨੂੰ ਉਹਦੀ ਫੋਟੋ ਕਾਪੀ ਕਰਾ ਦਿਓ, ਮੈਨੂੰ ਪਤਾ ਤੇ ਲੱਗੇ ਲਿਖਿਆ ਕੀ ਹੈ ਉਹਦੇ ਉੱਤੇ, ਲਿਖਿਆ ਕੀ ਹੈ ਉਹਦੇ ਉੱਤੇ। ਅੱਛਾ ਜੀ ਉਹਨੇ ਮੇਰੇ ਕੋਲੋਂ ਉਸ ਫੋਟੋ ਕਾਪੀ ਦਾ 2,000 ਰੁਪਇਆ ਮੰਗਿਆ, ਮੈਂ ਦੇ ਨੀ ਸਕਦਾ, ਤੂੰ ਚਾਹ ਪਾਣੀ ਲਵਾਉਂਦਾ ਪਿਆ ਨਾ, ਇਸ ਤੋਂ ਮੈਂ ਤੈਨੂੰ ਜਿਹੜਾ ਮੈਂ ਦੇ ਰਿਹਾ ਤੂੰ ਜਿਹੜਾ ਮੈਂ ਫੋਟੋ ਕਾਪੀ ਤੇ ਤੂੰ ਇਹ ਲੈ ਕੇ ਚਲਾ ਜਾ ਤੇ ਜਿਹੜਾ ਮੈਂ ਇਹ ਲਿਖਿਆ ਹੋਇਆ। ਮੈਂ ਜਾ ਕੇ ਬਈ ਇੱਥੇ ਆ ਕੇ ਮੈਂ ਜਿੰਨੀ ਸਪੀਡ ਨਾਲ ਲਿਖੀ ਹੋਈ ਸੀ ਨਾ ਉਹ ਰਿਪੋਰਟ, ਮੇਰੇ ਤੋਂ ਪੜ੍ਹ ਵੀ ਨੀ ਗਈ, ਉਰਦੂ ਦੇ ਵਿੱਚ ਹੀ ਸੀਗੀ ਤੇ ਮੈਂ ਇੱਥੇ ਆ ਕੇ ਪੜ੍ਹਾਇਆ। ਉਹਨੇ ਕਿਹਾ ਜਿਹੜਾ ਨਾ ਇਹਨੇ ਲਿਖਿਆ ਹੈ ਕਿ ਨਾਲੇ ਜੇ ਐਸ ਐਚ ਓ ਨੇ ਕਿ ਇਹ ਜਿਹੜਾ ਨਾ ਅਲੀ ਸ਼ੇਰ ਹੈ ਇਹ ਤੇ ਜਿਹੜਾ ਨਾ ਇਹਦਾ ਤਾਂ ਬਿਜ਼ਨਸ ਸੁਡਾਨ ਹੈ, ਬਿਜ਼ਨਸ ਕਰਦਾ ਸੁਡਾਨ ਹੈ ਤੇ ਜਿਹੜਾ ਨਾ ਇਹ ਸਿਰਫ ਜਿਹੜਾ ਨਾ ਖਾਲਦ ਅਬਾਸ ਆਪਣੀ ਕੋਈ ਪੁਰਾਣੀ ਖਾਰ ਜਿਹੜਾ ਨਾ ਇਹਦੇ ਤੋਂ ਕੱਢਣਾ ਚਾਹੁੰਦਾ, ਇਹਨੇ ਜਿਹੜਾ ਨਾ ਇਹਨੂੰ ਵਾਅਦਾ ਕੀਤਾ ਸੀ ਸੁਡਾਨ ਲੈ ਕੇ ਜਾਣ ਦਾ, 1 ਰੁਪਇਆ ਵੀ ਨੀ ਦਿੱਤਾ ਤੇ ਜਿਹੜਾ ਨਾ ਇਸ ਵਜ੍ਹਾ ਤੋਂ ਇਸਨੇ ਇਹਦੇ ਖਿਲਾਫ਼ ਦਰਖਾਸਤ ਦਿੱਤੀ ਹੈ ਤੇ ਮੌਜੂਦ ਸ਼ਹਿਰੀ ਹੈ, ਮੌਜੂਦ ਸ਼ਹਿਰੀ। ਉਹ ਬਾਅਦ ਜਿਹੜਾ ਨਾ ਬਈ ਮੈਂ ਬੜਾ ਭੱਜਿਆ, ਉਹਨੇ ਡੀਐਸਪੀ ਨੇ ਜਿਹੜਾ ਡੀ ਪੀ ਓ ਨੂੰ ਕੀਤੀ, ਡੀ ਪੀ ਓ ਨੇ ਕਿਹਾ ਜੀ ਜਿਹੜਾ ਨਾ ਦਫ਼ਾ ਹੋ ਜਾਓ ਤੁਮ ਲੋਕੋ ਕੇ ਖਿਲਾਫ਼ ਐਸੀ ਦਰਖਾਸਤ ਦਿੱਤੀ ਬਈ। ਉੱਥੋਂ ਜਿਹੜਾ ਨਾ ਮੈਂ ਚੁੱਪ ਕਰਕੇ ਆਪਣੇ ਘਰ ਆ ਗਿਆ। ਬਾਅਦ ਜਿਹੜਾ ਉਹ ਡੀਐਸਪੀ ਉਹਦਾ ਐਸ ਐਚ ਓ ਦਾ ਗਨਮੈਨ ਸੀਗਾ, ਉਹਨੇ ਮੈਨੂੰ ਕਿਹਾ ਜਿਹੜਾ ਨਾ ਜਿਸ ਵਕਤ ਤੂੰ ਗੱਡੀ ਦੇ ਵਿੱਚ ਬੈਠਾ ਹੋਇਆ ਸੀ ਚੁਤੀਆ ਜਿਹੜਾ ਨਾ ਉਸ ਵਕਤ ਉਹਦੀ ਐਸ ਐਚ ਓ ਦੀ ਉਹਦੀ ਡੀਲ ਹੋਈ ਹੈ, 1 ਲੱਖ ਰੁਪਏ ਦੇ ਵਿੱਚ ਮੁੱਕੀ ਉਹਦੀ ਗੱਲ, ਅਲੀ ਸ਼ੇਰ ਦੀ ਗੱਲ 1 ਲੱਖ ਰੁਪਏ ਦੇ ਵਿੱਚ ਮੁੱਕੀ। ਅਲੀ ਸ਼ੇਰ ਨੇ 1 ਲੱਖ ਰੁਪਇਆ ਉਹਨੂੰ ਦਸਤੀ ਕੱਢ ਕੇ ਦਿੱਤਾ, ਉਹ ਚੁੱਪ ਕਰਕੇ ਆ ਗਿਆ, ਤੇਰਾ ਹਿਲ ਬਣਿਆ ਨਾ ਕੁੱਕੜ ਬਣਿਆ,
ਤੂੰ ਆਪਣਾ 7-8 ਹਜ਼ਾਰ ਰੁਪਇਆ ਇੱਥੇ ਲਾ ਕੇ ਬਹਿ ਗਿਆ, ਹੁਣ ਤੂੰ ਪੈਸੇ ਲਾਏਗਾ, ਤੇਰਾ ਆਪਣਾ ਬੇਵਕੂਫ ਹੈ, ਅੱਗੇ ਤੂੰ ਏਡੇ ਪੈਸੇ ਲਾ ਕੇ ਆ ਗਿਆ, ਇਸੇ ਮੈਂ ਉੱਥੋਂ ਜ਼ਾਇਆ ਕਰਕੇ ਆ ਗਿਆ, ਹੁਣ ਤੂੰ ਇਹਦੇ ਪਿੱਛੇ ਭੱਜ ਕੇ ਜਾਏਗਾ। ਉਹ ਬੜਾ ਤਰਕੜਾ ਬੰਦਾ ਹੈ ਜਿਹੜਾ ਅਲੀ ਸ਼ੇਰ ਹੈ ਨਾ, ਉਹ ਬੜਾ ਤਰਕੜਾ ਬੰਦਾ, ਉਹਨੇ ਬਈ ਮੇਰੇ ਪੈਰ ਕੱਢ ਦਿੱਤੇ, ਭੈਣ ਦਾ ਤੇਰਾ ਭਾਈ ਉੱਥੇ ਗਿਆ ਹੀ ਕੋਈ ਨੀ। ਦੱਸ ਉਹਦੇ ਕੋਲ ਹੁਣ ਪੈਸੇ ਕਿਵੇਂ ਮਿਲਣਗੇ? ਕੋਈ ਪੈਸਾ, ਕੋਈ ਚਾਂਸ ਨਹੀਂ ਹੈ। ਜਿਹੜੇ ਬੰਦਿਆਂ ਦੇ ਇਤਨੇ ਤੱਲਕ ਹੋਣ ਕਿ ਏਅਰਪੋਰਟਾਂ ਦੇ ਵਿੱਚੋਂ ਅਗਰ ਜੰਗਲੇ ਥਾਣੀ ਕਢਾ ਲੈਣ ਬੰਦੇ ਨੂੰ ਬਗੈਰ ਇੰਟਰੀ ਪਵਾਏ, ਗੱਲ ਦੱਸਦਾ ਵਾ। ਅੱਜ ਤੋਂ ਕੋਈ 4-5 ਦਿਨ ਹਫ਼ਤਾ ਪਹਿਲੋਂ ਦੀ ਗੱਲ ਆ, ਕਸੂਰ ਵਿੱਚ ਲੜਕੀ ਨਾਲ ਅੱਲਾ ਮਾਫ਼ੀ ਦੇ ਹੋਇਆ ਵਾ, ਹਾਂਜੀ ਬੱਚੀ ਨਾਲ, ਹਾਂਜੀ ਉਹ ਜਿਹੜਾ ਜ਼ੈਨਬ ਨਾਲ, ਹਾਂਜੀ ਜ਼ੈਨਬ ਨਾਲ। ਹੁਣ ਦੱਸੋ ਕਿ ਉਹ ਜਿਸ ਅੱਗੇ ਸੀ ਪੁਰਾਣਾ ਦੌਰ, ਹੁਣ ਜਿਹੜੀ ਹੈ ਨਾ ਮਿੰਟ ਦੀ ਖ਼ਬਰ ਕਿ ਕਿਸੇ ਨੂੰ ਇੱਕ ਬੁਖਾਰ ਵੀ ਚੜਿਆ ਨਾ, ਤੇ ਉਸੇ ਟਾਈਮ ਉਹ ਸੋਸ਼ਲ ਨੈਟਵਰਕ ਤੇ ਆ ਜਾਂਦੀ ਹੈ। ਬਿਲਕੁਲ ਠੀਕ ਹੈ। ਆਵਾਮ ਜਿਹੜੀ ਹੈ ਨਾ, ਆਵਾਮ ਚਲੋ ਜਿਵੇਂ ਹੀ ਹੋਰ ਕੁਛ ਨੀ ਉਹਨੂੰ ਸ਼ੇਅਰ ਹੀ ਕਰੀ ਜਾਂਦੀ ਹੈ, ਤੇ ਉਹ ਐਵੇਂ ਫੈਲ ਜਾਂਦੀ ਹੈ ਜਿਵੇਂ ਯਾਨੀ ਕਿ ਤੇਲ ਨੂੰ ਅੱਗ ਲਾਈ ਹੈ। ਠੀਕ ਹੈ, ਬਿਲਕੁਲ।